ਖਬਰ ਤੇ ਨਜ਼ਰ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਵਿੱਚ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮਨੀਪੁਰ ਦੀ ਅੱਗ ਜੇ ਠੰਡੀ ਨਹੀਂ ਹੋਈ ਕਿ ਹੁਣ ਉਸੇ ਕਿਸਮ ਦੀ ਹਿੰਸਾ ਉਸੇ ਕਿਸਮ ਦੀ ਅੱਗ ਨੂੰ ਦੇ ਵਿੱਚ ਲੱਗੀ ਹਰਿਆਣਾ ਦੇ ਵਿੱਚ ਉਸ ਤੋਂ ਬਾਅਦ ਉਹ ਫਰੀਦাবাদ ਤੇ ਗੁਰੂਗ੍ਰਾਮ ਤੱਕ ਪਹੁੰਚ ਗਈ ਅਸੀਂ ਬਹੁਤ ਜੋਰ ਸ਼ੋਰ ਨਾਲ ਕਹਿੰਦੇ ਆ ਕਿ ਜੀ 75 ਸਾਲ ਹੋ ਗਏ ਅੰਮ੍ਰਿਤਕਾਲ ਹੈ ਸਾਡਾ ਇਹ ਹੈ ਸਾਡੀ ਆਜ਼ਾਦੀ ਕਿ ਹਲੇ ਵੀ ਧਰਮ ਦੇ ਨਾਂ ਤੇ ਇੱਥੇ ਇਸ ਤਰ੍ਹਾਂ ਦੀ ਹਿੰਸਾ ਹੁੰਦੀ ਹੈ ਔਰ ਨਾ ਸਿਰਫ ਹਿੰਸਾ ਹੁੰਦੀ ਹੈ ਬਹੁਤ ਸਾਰੇ ਬੇਦੋਸ਼ੇ ਨਾ ਸਿਰਫ ਮਾਰੇ ਜਾਂਦੇ ਨੇ ਬਲਕਿ ਸੈਂਕੜੇ ਹਜ਼ਾਰਾਂ ਲੋਕ ਬੇਕਾਰ ਵੀ ਹੁੰਦੇ ਨੇ ਉਹਨਾਂ ਦਾ ਰੋਜ਼ਗਾਰ ਵੀ ਚਲੇ ਜਾਂਦਾ ਹੈ ਖੈਰ ਨੋ ਦੀ ਹਿੰਸਾ ਜੋ ਉਹਦੇ ਚ ਸੁਪਰੀਮ ਕੋਰਟ ਨੇ ਵੀ ਹੁਣ ਆਪਣੀ ਗੱਲ ਕੀਤੀ ਕਦੇ ਕਦੇ ਲੱਗਦਾ ਹੈ ਮਨੀਪੁਰ ਹੋਵੇ ਨੋ ਹੋਵੇ ਜਾਂ ਕੋਈ ਹੋਰ ਮਸਲਾ ਹੋਵੇ ਤੇ ਸੁਪਰੀਮ ਕੋਰਟ ਤੋਂ ਬਿਨਾ ਕਿਤੇ ਰਾਹਤ ਨਹੀਂ ਮਿਲਦੀ ਹਣ ਸੁਪਰੀਮ ਕੋਰਟ ਨੇ ਕਿਹਾ ਕਿ ਉੱਥੇ ਸੁਰੱਖਿਆ ਬਧਾਓ ਇਹ ਤਾਂ ਸਰਕਾਰ ਦੀ ਡਿਊਟੀ ਹੈ ਡਬਲ ਇੰਜਨ ਦੀ ਸਰਕਾਰ ਦੀ ਡਿਊਟੀ ਹੈ ਕਮਾਲ ਤਾਂ ਇਹ ਹੈ ਜਿੱਥੇ-ਜਿੱਥੇ ਇਸ ਕਿਸਮ ਦੀ ਧਰਮ ਦੇ ਨਾਂ ਤੇ ਹਿੰਸਾ ਜਾਂ ਦੰਗੇ ਹੋ ਰਹੇ ਨੇ ਉੱਥੇ ਡਬਲ ਇੰਜਨ ਦੀ ਸਰਕਾਰ ਹੀ ਹੈ ਤੇ ਲੇਕਿਨ ਡਬਲ ਇੰਜਨ ਦੀ ਸਰਕਾਰ ਨੂੰ ਉੱਥੇ ਵੀ ਮਨੀਪੁਰ ਦੇ ਵਿੱਚ ਵੀ ਤੇ ਇੱਥੇ ਵੀ ਸੁਪਰੀਮ ਕੋਰਟ ਨੂੰ ਉਦੇਸ਼ ਦੇਨੇ ਪੈ ਰਹੇ ਨੇ ਹੁਣ ਨੋ ਦੇ ਵਿੱਚ ਵੀ ਇਹੀ ਕਿਹਾ ਗਿਆ ਕਿ ਤੁਸੀਂ ਸੁਰੱਖਿਆ ਬਧਾਓ ਤੇ ਨਾਲ ਇਹ ਵੀ ਕਿਹਾ ਗਿਆ ਕਿ ਜਿਹੜੇ ਨਫਰਤੀ ਭਾਸ਼ਣ ਨੇ ਇਹਨਾਂ ਤੇ ਰੋਕ ਲਗਾਓ ਇਹ ਕੋ ਪਹਿਲੀ ਵਾਰ ਥੋੜੀ ਕਿ ਹੈ ਕੌਣ ਸੁਣਦਾ ਜਦੋਂ ਜਿਹੜਾ ਮਨੀ ਨੌ ਦੇ ਮਨੇਸ਼ਰ ਨੌ ਦੇ ਬੰਦੇ ਨੇ ਵੀਡੀਓ ਪਾਈ ਸੀ ਕਿ ਮੈਂ ਵੀ ਆ ਰਿਹਾ ਹਾਂ ਤੁਸੀਂ ਵੀ ਆਓ ਹਾਲਾਂਕਿ ਅੱਜ ਉਹ ਇੱਕ ਚੈਨਲ ਤੇ ਕਹਿ ਰਿਹਾ ਸੀ ਕਿ ਮੈਨੂੰ ਰੋਕ ਦਿੱਤਾ ਮੈਂ ਨਹੀਂ ਗਿਆ ਮੈਨੂੰ ਬਿਸ਼ਪ ਪ੍ਰੀਸ਼ਦ ਦੇ ਸਾਡੇ ਲੀਡਰਾਂ ਨੇ ਕਿਹਾ ਤੂੰ ਨਹੀਂ ਜਾਣਾ ਲੇਕਿਨ ਅੱਗ ਤਾਂ ਲੱਗ ਚੁੱਕੀ ਸੀ ਤੇ ਅੱਗ ਲੱਗੀ ਜਿਸ ਤਰੀਕੇ ਨਾਲ ਕਿਉਂਕਿ ਨੌ ਦਾ ਇਲਾਕਾ ਮੇਵਾਤ ਦਾ ਇਲਾਕਾ ਤੁਹਾਨੂੰ ਪਤਾ ਪਟੌਦੀ ਇਹ ਸਾਰਾ ਮਹੰਡ ਏਰੀਆ ਜਿੱਥੇ ਮੈਜੋਰਟੀ ਜਿਹੜੀ ਹੈ ਉਹ ਮੁਸਲਮਾਨਾਂ ਦੀ ਹੈ ਤੇ ਫਿਰ ਉੱਥੇ ਜੋ ਕੁਝ ਹੋਇਆ ਕਿਵੇਂ ਲੋਕ ਬਚੇ ਕਿਵੇਂ ਮੰਦਿਰ ਚ ਜਾ ਕੇ ਸ਼ਰਨ ਲੈਣੀ ਪਈ ਕਿਵੇਂ ਗੋੜੀਆਂ ਚਲੀਆਂ ਕਿਵੇਂ ਪੁਲਿਸ ਜਿਹੜੀ ਹੈ ਜੇ ਤੁਸੀਂ ਅਲਾਉ ਕੀਤਾ ਹੈ ਜਿਹੜਾ ਸਵੇਰ ਯਾਤਰਾ ਨੂੰ ਤਾਂ ਪ੍ਰਬੰਧ ਤਾਂ ਹੋਣਾ ਚਾਹੀਦਾ ਬਹੁਤ ਸਾਰੇ ਸਵਾਲ ਜਿਹੜੇ ਨੇ ਉਹ ਸੁਪਰੀਮ ਕੋਰਟ ਦੇ ਸਾਹਮਣੇ ਨੇ ਸ਼ਾਇਦ ਇਸੇ ਕਰਕੇ ਡੀਜੀਪੀ ਨੂੰ ਸੁਪਰੀਮ ਕੋਰਟ ਨੇ ਬੁਲਾਇਆ ਤੇ ਹੁਣ ਜੇ ਆਪਾਂ ਦੇਖੀਏ ਹਾਲਾਤ ਇਹ ਕਿ 6 ਮੌਤਾਂ ਉੱਥੇ ਹੋ ਚੁੱਕੀਆਂ ਨੇ 48 ਐਫਆਈਆਰ ਲੋਜ ਹੋ ਚੁੱਕੀਆਂ ਨੇ 111 ਗ੍ਰਿਫਤਾਰ ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਗੁਰੂਗ੍ਰਾਮ ਚ ਵੀ ਜਿਹੜੀਆਂ 16 ਐਫਆਈਆਰ ਲੋਜ ਹੋਈਆਂ ਨੇ 8 ਬੰਦੇ ਉੱਥੇ ਵੀ ਫੜੇ ਗਏ ਨੇ ਤੋਂ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਤੁਸੀਂ ਸੀਸੀਟੀਵੀ ਕੈਮਰੇ ਲਾਓ ਕਰਫੂ ਚ ਥੋੜੀ ਢਿੱਲ ਦਿੱਤੀ ਗਈ ਚ ਤਸੱਲੀ ਵਾਲੀ ਗੱਲ ਹੈ ਕਿ ਕੱਲ ਦਾ ਉੱਥੇ ਕੋਈ ਉਸ ਤਰ੍ਹਾਂ ਦੇ ਹਾਲਾਤ ਨਹੀਂ ਬਣੇ ਜਿਹਨੂੰ ਅਸੀਂ ਕਹਿ ਸਕੀਏ ਕਿ ਮੋੜ ਹਿੰਸਾ ਟੈਨਸ਼ਨ ਜ਼ਰੂਰ ਹੈ ਇੰਟਰਨੈਟ ਬੰਦ ਹੈ ਹੁਣ ਉਸ ਏਰੀਏ ਦੇ ਵਿੱਚ ਗੁਰੂਗ੍ਰਾਮਪੁਰਗ ਏਰੀਏ ਦੇ ਵਿੱਚ ਜੇ ਇੰਟਰਨੈਟ ਬੰਦ ਹੈ ਤਾਂ ਦੇਖੋ ਤੁਸੀਂ ਕਿੰਨਾ ਨੁਕਸਾਨ ਹੋਏਗਾ ਅੱਜਕੱਲ ਦਾ ਕੰਮ ਹੀ ਸਾਰਾ ਇੰਟਰਨੈਟ ਤੇ ਚੱਲਦਾ ਹੈ ਵੈਸੇ ਗੁਰੂਗ੍ਰਾਮ ਦਾ ਜਿਹੜਾ ਸੋਨਾ ਰੋਡ ਹੈ ਜਿਹੜੀ ਉਤੇ ਬਾਦਸ਼ਾਹਪੁਰ ਦੇ ਵਿੱਚ ਬਾਬਾ ਲੋਕਾਂ ਦਾ ਨੁਕਸਾਨ ਹੋਇਆ ਹੈ ਮਸਜਿਦ ਨੂੰ ਵੀ ਅੱਗ ਲੱਗੀ ਹੈ ਬਿਲਕੁਲਵੇਂ ਜਿਵੇਂ ਨੌ ਦੇ ਵਿੱਚ ਹੋਇਆ ਹੈ ਹੁਣ ਜਿਹੜੇ ਫਲੈਗ ਮਾਰਚ ਹੋ ਰਹੇ ਨੇ ਹੁਣ 20 ਕੰਪਨੀਆਂ ਉੱਤੇ ਪਹੁੰਚ ਗਈਆਂ ਇਹ ਸਭ ਕੁਝ ਬਾਹਰ ਹੈ ਸੱਪ ਰੰਗੇ ਤੋਂ ਲੀਕ ਜਿਹੜਾ ਪਟਨ ਦਾ ਸਾਡਾ ਪੁਰਾਣਾ ਰਵਾਜ ਹੈ ਤੇ ਖੱਟਰ ਸਾਹਿਬ ਨੇ ਉਹੀ ਕਸੀਬ ਫਿਟੀ ਗੱਲ ਕਿ ਸਥਿਤੀ ਕਾਬੂ ਹੇਠ ਹੈ ਤੇ ਮਨੋਰ ਲਾਲ ਖੱਟਰ ਸਾਹਿਬ ਇਹ ਜਿਹੜਾ ਹੈ ਜਿੰਨਾ ਮਰਜੀ ਤੁਸੀਂ ਹੁਣ ਸਥਿਤੀ ਕਾਬੂ ਚ ਕਹੋ ਚਾਹੇ ਦਿਲਵਜ ਸਿੰਘ ਸਾਹਿਬ ਕਹਿਣ ਲੇਕਿਨ ਗੱਲ ਤਾਂ ਇਹ ਹੈ ਕਿ ਜਦੋਂ ਮੌਕਾ ਸੀ ਜਿਸ ਵੇਲੇ ਇਹ ਸਾਰਾ ਕੁਝ ਕੰਟਰੋਲ ਕਰਨਾ ਚਾਹੀਦਾ ਸੀ ਉਦੋਂ ਤੁਹਾਡੀ ਪੁਲਿਸ ਨਾਕਾਮਜਾਬ ਰਹੀ ਹੁਣ ਤਾਂ ਇਹ ਹੈ ਕਿ ਐਨਸੀਆਰ ਦੇ ਵਿੱਚ ਬਜਰੰਗ ਦਲ ਵੀ ਵਿਸ਼ਵ Hindu ਪ੍ਰੀਸ਼ਦ ਵੀ ਪ੍ਰਦਰਸ਼ਨ ਕਰ ਰਹੀ ਹੈ ਤੇ ਹੁਣ ਦੂਜੇ ਪ੍ਰਦਰਸ਼ਨ ਕਰਨਗੇ ਇਹ ਕਦੇ ਇਹ ਠੱਲ ਪਾਉਗੇ ਗੱਲਾਂ ਤੇ ਇਹ ਦੇਖਣ ਵਾਲੀ ਗੱਲ ਹੈ ਹਾਂ ਇੱਕ ਤਸੱਲੀ ਵਾਲੀ ਗੱਲ ਇਹ ਹੈ ਕਿ ਵਿਸ਼ਵ Hindu ਪ੍ਰੀਸ਼ਦ ਤੇ ਬਜਰੰਗ ਦਲ ਦੀਆਂ ਜਿਹੜੀਆਂ ਇਹ ਰੈਲੀਆਂ ਨੇ ਇਹਨਾਂ ਤੇ ਸਪਰੀਮ ਕੋਰਟ ਨੇ ਪਵੰਦੀ ਨਹੀਂ ਲਾਈ। ਉਹ ਇਹੋ ਜਿਹਾ ਕੁਝ ਚੱਲ ਰਿਹਾ ਬਣੀਪੁਰ ਚ ਵੀ ਹੋ ਰਹੀ ਹੈ। ਮਣੀਪੁਰ ਦੇ ਵਿੱਚ ਵੀ ਕੱਲ ਦੋ ਘਰਾਂ ਨੂੰ ਅੱਗ ਲੱਗੀ ਹੈ ਜਿਹੜੀ ਉੱਥੇ ਤਾਂ ਤਿੰਨ ਵੀ ਦੇ ਤੋਤੇ ਹੋ ਗਏ ਤੇ ਇਸ ਤਰ੍ਹਾਂ ਚੱਲ ਰਿਹਾ ਤੇ ਮੋਦੀ ਸਾਹਿਬ ਮੂਨ ਨੇ ਮੋਦੀ ਸਾਹਿਬ ਤਾਂ ਆਪ ਦੀ ਬੋਲਣਗੇ ਜਦੋਂ ਮਨ ਕੀ ਬਾਤ ਕਰਨੀ ਹੋਈ ਤੇ ਮੋਦੀ ਸਾਹਿਬ ਦੇ ਕਾਰਨ ਜਿਹੜੀ ਹੈ ਸੰਸਦ ਵੀ ਨਹੀਂ ਚੱਲ ਰਹੀ। ਕੱਲ ਫੇਰ ਸੰਸਦ ਦੇ ਵਿੱਚ ਹੁਣ ਤੱਕ ਆਪਾਂ ਸੜਕ ਦੀ ਗੱਲ ਕੀਤੀ ਹੈ। ਸੰਸਦੀ ਗੱਲ ਕਰ ਲਈਏ ਸੰਸਦ ਦੇ ਵਿੱਚ ਵੀ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਕਹਿ ਮੰਗ ਕਰ ਰਹੀਆਂ ਸੀ ਕਿ ਮੋਦੀ ਸਾਹਿਬ ਦਾ ਬਿਆਨ ਤੇ ਮੋਦੀ ਸਾਹਿਬ ਦਾ ਬਿਆਨ ਦੇਣ ਨੂੰ ਤਿਆਰ ਨਹੀਂ ਉਹ ਬੋਲਣ ਨੂੰ ਬਿਲਕੁਲ ਤਿਆਰ ਨਹੀਂ ਤੇ ਵਿਰੋਧੀ ਧਿਰਾਂ ਕੱਲ ਰਾਸ਼ਟਰਪਤੀ ਨੂੰ ਵੀ ਮਿਲੀਆਂ ਉਹਨਾਂ ਵੀ ਜਾ ਕੇ ਕਿਹਾ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਕਿ ਮੋਦੀ ਸਾਹਿਬ ਨੂੰ ਬਿਆਨ ਦੇਣਾ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਤੇ ਇੰਡੀਆ ਦੇ ਆਗੂ ਜਿਹੜੇ ਨੇ ਸਿਰਫ ਮਨੀਪੁਰ ਤੇ ਨਹੀਂ ਬੋਲੇ ਉੱਥੇ ਇੰਡੀਆ ਗੱਠ ਜੋੜਦੇ ਉਹਨਾਂ ਨੇ ਨੂ ਦੀ ਵੀ ਗੱਲ ਕੀਤੀ 31 ਆਗੂ ਉਥੇ ਸੀ ਸੋ ਇਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਦੇਸ਼ ਦੇ ਵਿੱਚ ਧਰਮ ਦੇ ਨਾਂ ਤੇ ਹਿੰਸਾ ਦੇਖੋ ਕਮਾਲ ਹੈ ਇੱਥੇ ਮੁਸਲਮਾਨ ਤੇ ਹਿੰਦੂ ਭਾਈਚਾਰਾ ਦੋਨੇ ਆਪਸ ਵਿੱਚ ਟਕਰਾ ਰਹੇ ਨੇ ਤੇ ਮਨੀਪੁਰ ਦੇ ਵਿੱਚ ਮੁਸਲਮਾਨ ਬਚੇ ਹੋਏ ਨੇ ਉਥੇ ਅਸਾਈ ਤੇ ਹਿੰਦੂ ਨੇ ਦੋਵੇਂ ਥਾਂ ਜਿਹੜੀ ਹੈ ਡਬਲ ਇੰਜਨ ਦੀ ਸਰਕਾਰ ਹੈ ਤੇ ਦੋਵੇਂ ਥਾਵਾਂ ਤੇ ਪੁਲਿਸ ਦੀ ਨਾਕਾਮੀ ਦੱਸ ਰਹੀ ਹੈ ਸਪਰੀਮ ਕੋਰਟ ਸਾਡੇ ਦੇਸ਼ ਦੀ ਸਰਵਉੱਚ ਅਦਾਲਤ ਖੈਰ ਆਪਾਂ ਅੱਗੇ ਵਧੀਏ ਦੇਖੋ ਤੁਹਾਨੂੰ ਪਤਾ ਹੈ ਕਿ ਇੱਕ ਹੋਰ ਵੱਡੀ ਖਬਰ ਜਿਹੜੀ ਹੈ ਉਹ ਬਣਦੀ ਹੈ ਨੈਸ਼ਨਲ ਲੈਵਲ ਤੇ ਰਾਸ਼ਟਰੀ ਰਾਜਸਤਾਨੀ ਖੇਤਰ ਦਿੱਲੀ ਸੋਧ ਬਿੱਲ ਜਿਹੜਾ ਪੇਸ਼ ਤਾਂ ਹੋ ਗਿਆ ਪਰ ਉਤੇ ਹਲੇ ਚਰਚਾ ਨਹੀਂ ਹੋਈ ਇਹ ਜਿਹੜਾ ਸੋਧ ਬਿੱਲ 2023 ਹੈ ਇਹ ਪੇਸ਼ ਕਰ ਜਿਹੜਾ ਹੈ ਹੋ ਗਿਆ ਸੀ ਕੱਲ ਚਰਚਾ ਅੱਜ ਜਿਹੜੀ ਬੀਤੇ ਦਿਨ ਚਰਚਾ ਹੋਣੀ ਸੀ ਕਿਉਂ ਨਹੀਂ ਹੋਈ ਰਸ ਗਏ ਕੌਣ ਰਸ ਗਏ ਸਾਡੇ ਦੇਸ਼ ਦੇ ਜਿਹੜੇ ਸਪੀਕਰ ਸਾਹਿਬ ਲੋਕ ਸਭਾ ਦੇ ਓਮ ਬਿਰਲਾ ਸਾਹਿਬ ਉਹ ਆਈ ਦੀ ਗੱਲ ਕੁਰਸੀ ਤੇ ਨਹੀਂ ਬੈਠੇ ਕਿਉਂ ਨਹੀਂ ਬੈਠੇ ਕਹਿੰਦੇ ਜੀ ਵਿਰੋਧੀ ਧਿਰਾਂ ਜਿਹੜੀਆਂ ਕੰਮ ਨਹੀਂ ਕਰਨ ਦਿੰਦੀਆਂ ਤੇ ਪੈਸੇ ਧੰਡਕਟ ਸਾਹਿਬ ਨੇ ਵੀ ਇਹ ਗੱਲ ਕਹੀ ਆ ਰਾਜ ਸਭਾ ਦੇ ਜਿਹੜੇ ਸਾਡੇ ਚੇਅਰਮੈਨ ਨੇ ਉਹ ਕਦੇ ਅਸੀਂ ਕਿਹੜਾ ਹੁਕਮ ਥੋੜੀ ਕਰ ਸਕਦੇ ਮੋਦੀ ਸਾਹਿਬ ਨੂੰ ਤੁਸੀਂ ਆ ਕੇ ਬਿਆਨ ਦਿਓ ਬਿਲਕੁਲ ਓਮ ਬਿਰਲਾ ਸਾਹਿਬ ਵੈਸੇ ਤਾਂ ਉਹਨਾਂ ਦਾ ਬੜਾ ਸਮਾਈਲਿੰਗ ਫੇਸ ਹੈ ਪਰ ਕੱਲ ਕਾਫੀ ਦੁਖੀ ਸੀ ਤੇ ਜਦੋਂ ਦੁਖੀ ਹੋਏ ਉਹਨਾਂ ਨੇ ਲੋਕ ਸਭਾ ਅਠਾ ਦਿੱਤੀ ਤੇ ਜਿਹੜਾ ਹੈ ਇਸ ਕਰਕੇ ਚਰਚਾ ਨਹੀਂ ਹੋਈ ਦੂਜੇ ਪਾਸੇ ਮਲਕਰਜਨ ਕੱਢ ਗਏ ਇਹ ਅੱਜਕੱਲ ਬਹੁਤ ਐਕਟਿਵ ਨੇ ਜਦੋਂ ਦੇ ਪ੍ਰਧਾਨ ਬਣੇ ਨੇ ਕਾਂਗਰਸ ਤੇ ਤੇ ਇਹ ਮਨੀਪੁਰ ਦੇ ਮੁੱਦੇ ਤੇ ਬੋਲਣਾ ਚਾਹੁੰਦੇ ਸੀ ਇਦੋਂ ਬੁੱਲਣ ਦਿੱਤਾ ਨਾ ਹੀ ਮਣੀ ਪਰਤੇ ਗੱਲ ਹੋਈ ਤੇ ਨਾ ਹੀ ਫਿਰ ਬਿਲਤੇ ਚਰਚਾ ਹੋਈ ਤੇ ਬਸ ਫਿਰ ਲੋਕ ਸਭਾ ਪਠਾ ਦਿੱਤੀ ਗਈ ਕੀ ਫਰਕ ਪੈਂਦਾ ਲੋਕਾਂ ਦਾ ਪੈਸਾ ਤੇ ਸਰਕਾਰ ਨੂੰ ਤਾਂ ਵੈਸੇ ਕੋਈ ਫਰਕ ਨਹੀਂ ਪੈਂਦਾ ਜਿੰਨਾ ਮਰਜ਼ੀ ਰੌਲਾ ਪਾਈ ਚੱਲੋ ਜਿਹੜੇ ਬਿਲ ਪਾਸ ਕਰਨੇ ਕਰਦੇ ਨੇ ਜਿਹੜੇ ਨਹੀਂ ਹੋਣੇ ਨਹੀਂ ਹੋਣੇ ਹੁਣ ਲੋਕ ਸਭਾ ਚ ਤਾਂ ਕੋਈ ਖਤਰਾ ਹੀ ਨਹੀਂ ਹੈ ਲੋਕ ਸਮਝ ਤਾਂ ਬਿਲ ਪਾਸ ਹੋ ਹੀ ਜਾਣਾ ਇਹ ਜਿਹੜਾ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਜਿਹੜਾ ਸੋਧ ਬਿੱਲ ਹੈ ਆਰਡੀਨੈਂਸ ਨੂੰ ਜਿਹੜਾ ਕਾਨੂੰਨ ਬਣਾਉਣ ਲਈ ਆਇਆ ਹੈ ਲੇਕਿਨ ਰਾਜ ਸਭਾ ਦੀ ਜਿਹੜੀ ਗੱਲ ਹੈ ਲੋਕ ਸਭਾ ਤਾਂ ਮжоਰਿਟੀ ਇੰਨੀ ਹੈ ਰਾਜ ਸਭਾ ਚ ਨੋ ਬੋਟਾ ਕੱਟਦੀਆਂ ਨੇ ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਜਿਸ ਤਰ੍ਹਾਂ ਗੱਲ ਲੱਗਦੀ ਹੈ ਤਸੱਲੀ ਵਾਲੀ ਗੱਲ ਹੈ ਕਿ ਬੀਜੂ ਜਨਤਾ ਦਲ ਉਸ ਦੇ ਨਵੇਂ ਮੈਂਬਰ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣ ਲਈ ਤਿਆਰ ਹੋ ਗਏ 6 ਸੀਟਾਂ ਖਾਲੀ ਪਈਆਂ ਨੇ ਤਾਂ ਜੇ ਉਹ ਨੋ ਇੱਧਰ ਆ ਜਾਂਦੇ ਨੇ ਵਿੱਪ ਦੇ ਮਤਾਬਕ ਸਾਰੇ ਹਾਜ਼ਰ ਹੁੰਦੇ ਨੇ ਤਾਂ ਰਾਜ ਸਭਾ ਦੇ ਵਿੱਚ ਬੀ ਭਾਰਤੀ ਜਨਤਾ ਪਾਰਟੀ ਇਸ ਬਿੱਲ ਨੂੰ ਪਾਸ ਕਰਾ ਜਾਏਗੀ ਹਾਂ ਜੇ ਕੋਈ ਬੈਸਿਕ ਕ੍ਰੋਸ ਵੋਟਿੰਗ ਦੀ ਤਾਂ ਨਹੀਂ ਕੋਈ ਜਿਹੜੀ ਹੈ ਅਸਾਰ ਨਜ਼ਰ ਆਉਂਦੇ ਹਾਂ ਜੇ ਕੋਈ ਵਿੱਪ ਦੇ ਮਤਾਬਕ ਜਾਂ ਕੋਈ ਜ਼ਰੂਰੀ ਬਿਮਾਰੀ ਸ਼ਮਾਰੀ ਕਾਰਨ ਕੋਈ ਇੱਧਰ ਉੱਧਰ ਹੋ ਜਾਂਦੀ ਹੈ ਬੋਟ ਫਿਰ ਕਹਿ ਨਹੀਂ ਸਕਦੇ ਸੰਜੇ ਸਿੰਘ ਨੇ ਬੇਸੇ ਜ਼ਰੂਰ ਇਹ ਗੱਲ ਕਹੀ ਹੈ ਕਿ ਇਹ ਰਾਜ ਸਭਾ ਚ ਪਾਸ ਨਹੀਂ ਹੋਣਾ ਇਹ ਬਿੱਲ ਡਿਗ ਪੈਣਾ ਹੈ ਬੜੀ ਇੰਟਰਸਟਿੰਗ ਸਿਚੁਏਸ਼ਨ ਬਣੀ ਹੈ ਦੇਖਦੇ ਹਾਂ ਬਣਦਾ ਕੀ ਹੈ ਆਪਾਂ ਪੰਜਾਬ ਬਰ ਨੂੰ ਆਈਏ ਪੰਜਾਬ ਦੇ ਵਿੱਚ ਭਗਮੰਤ ਮਾਨ ਸਾਹਿਬ ਕੋਈ ਮੌਕਾ ਨਹੀਂ ਛੱਡਦੇ ਕੋਈ ਵੀ ਮੌਕਾ ਨਹੀਂ ਛੱਡਦੇ ਜਿੱਥੇ ਕੋਈ ਅਦਗਾਟਨ ਕਰਨਾ ਹੋਵੇ ਤੇ ਮਾਨ ਸਾਹਿਬ ਹਾਜ਼ਰ ਹੁੰਦੇ ਨੇ ਅੱਜ ਮੈਂ ਉਦੋਂ ਨਿਊਜ਼ ਪੜ੍ਹ ਕੇ ਹੈਰਾਨ ਹੋਇਆ ਸੀ ਜਦੋਂ 23 ਕੋਚਾ ਨੂੰ ਮੀਟੇਅਰ ਖੇਡ ਮੰਤਰੀ ਨੇ ਨਿਯੁਕਤੀ ਪੱਤਰ ਦਿੱਤੇ ਮੈਂ ਕਿਹਾ ਵੀ ਇਹ ਕਿਵੇਂ ਪੋਸੀਬਲ ਹੈ ਕਿ ਮਾਨ ਸਾਹਿਬ ਦੇ ਹੁੰਦੇ ਇੱਕ ਮੰਤਰੀ ਨਿਯੁਕਤੀ ਪੱਤਰ ਵੰਡ ਜੇ ਫੇਰ ਪਤਾ ਲੱਗਿਆ ਕਿ ਮਾਨ ਸਾਹਿਬ ਨੇ ਇੱਕ ਅਦਗਾਟ ਨੂੰ ਹੋਰ ਕਰਨਾ ਸੀ ਉੱਧਰ ਬਿਜੀ ਸੀ ਕਿਹੜਾ ਉਦਗਾਟਨ ਕਰਨਾ ਸੀ ਉਹਨਾਂ ਨੇ ਸੀਵਰ ਜਿਹੜਾ ਸਾਫ ਕਰਨ ਵਾਲੀ ਮਸ਼ੀਨ ਲਈ ਹੈ ਜਿਹੜੀ ਸੀਵਰੇਜ ਹੁੰਦੀ ਹੈ ਨਾ ਸੁਪਰ ਸਕਸ਼ਨ ਤੇ ਜੈਟਿੰਗ ਮਸ਼ੀਨ ਕਹਿੰਦੇ ਨੇ ਉਹਨੂੰ ਉਹ 1 ਕਰੋੜ 75 ਲੱਖ ਦੀ ਆਈ ਹੈ ਲੁਧਿਆਣੇ ਲਈ ਇਹ ਸੱਕ ਕਰਦੀ ਹੈ ਤੁਸੀਂ ਦੇਖੋ ਮਸ਼ੀਨ ਜੇ ਕੋਈ ਸੀਵਰੇਜ ਨੂੰ ਜਿਹੜਾ ਸੱਕ ਕਰਨ ਲਈ ਮਸ਼ੀਨਾਂ ਲੱਗੀਆਂ ਹੁੰਦੀਆਂ ਨੇ ਉਹ ਮਸ਼ੀਨ ਹੈ ਉਦਾਤ ਘਾਟਨ ਕਰਨਾ ਸੀ ਉਹਦੀ ਹਰੀ ਝੰਡੀ ਦਿਖਾਉਣੀ ਸੀ ਮਾਨ ਸਾਹਿਬ ਨੇ ਇਸ ਕਰਕੇ ਸ਼ਾਇਦ ਉਹ ਮੀਤਗਰ ਨੂੰ ਮੌਕਾ ਮਿਲ ਗਿਆ ਨਿਯੁਕਤੀ ਪੱਤਰ ਵੰਡਣ ਦਾ ਮਾਨ ਸਾਹਿਬ ਨੇ ਹਰੀ ਝੰਡੀ ਦਿਖਾਈ ਬੈਸੇ ਸੱਚੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਅਸੀਂ ਹੁਣੀ ਗੱਲ ਕਰਕੇ ਏਟਿਆ ਕਿ ਜੁਨੋ ਮਰਜੀ ਤਿਰੰਗੇ ਲਹਿਰਾਓ 14 અમરતાકાલ કહો 75 સાલ કહો જો મરજી કહો हालात ਸਾਡੇ સામે ને કે કિસ તરહ મનીપુર તો નૂ તક ધર્મ ਦੇ નામે ਤੇ ਹਿੰਸਾ ਹੋ ਰਹੀ ਐ એ ਗੱਲ ਕਰਕੇ ਹਟਿਆ ਇਸੇ ਕਿਸਮ ਦੀ ਗੱਲ ਹੈ ਕਿ ਜਿੰਨਾ ਲੋਕਾਂ ਨੇ ਸਫਾਈ ਕਰਨੀ ਹੁੰਦੀ ਹੈ ਹਾਲੇ ਵੀ ਜਦੋਂ ਹਰ ਚੌਥੇ ਪੰਜਵੇਂ ਦਸਵੇਂ ਦਿਨੇ ਖਬਰ ਆ ਜਾਂਦੀ ਹੈ ਕਿ ਸੀਵਰੇਜ ਕਰਨ ਲੱਗੇ ਮੇਨ ਹੋਲ ਦੇ ਵਿੱਚ ਉਤਰੇ ਗੈਸ ਨਾਲ ਜਿਹੜਾ ਹੈ ਮਜ਼ਦੂਰ ਚੱਲ ਬਸਿਆ ਇਹ ਸ਼ਰਮ ਵਾਲੀ ਗੱਲ ਹੈ ਇਹਨਾਂ ਦਿਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਚ ਮਜ਼ਦੂਰ ਕੰਮ ਕਰਨ ਜਦੋਂ ਕਿ ਦੁਨੀਆ ਹਰ ਕੰਮ ਲਈ ਜਿਹੜੇ ਰੋਬਟ ਜਾਂ ਮਸ਼ਕੀਨਾ ਬਰਤਨ ਲਾ ਗਈ ਇੱਕ ਪਾਸੇ ਸੀ ਕਹਿੰਦੇ ਆ ਕਿ ਅਸੀਂ ਚੰਦ ਤੇ ਪਹੁੰਚ ਰਹੇ ਆਂ ਤੇ ਪਹੁੰਚ ਦਾ ਦਾਵਾ ਕੀਤਾ ਇਹਨਾਂ ਦਿਨਾਂ ਚ ਤੇ ਦੂਜੇ ਪਾਸੇ ਹਲੇ ਵੀ ਮੈਨੂਅਲ ਕੰਮ ਹੋਵੇ ਇਸ ਤਰ੍ਹਾਂ ਦੇ ਜਿਹੜੀ ਗੰਦਗੀ ਦੇ ਵਿੱਚ ਤੇ ਇਹ ਇਹ ਤਾਂ ਇਹ ਵੀ ਗਲਤ ਗੱਲ ਪਰ ਜੇ ਇੱਕ ਮਸ਼ੀਨ ਲੁਧਿਆਣੇ ਲਈ ਦਿੱਤੀ ਹੈ ਤਾਂ ਪੰਜਾਬ ਦੇ ਵਿੱਚ ਮਾਨ ਸਾਹਿਬ ਇਸ ਪਾਸੇ ਤਾਂ ਪੂਰਾ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਉਸ ਤਰ੍ਹਾਂ ਦੀਆਂ ਖਬਰਾਂ ਨਾ ਆਉਣ ਸਾਰਾ ਕੰਮ ਜਿਹੜਾ ਹੈ ਮਸ਼ੀਨਾਂ ਨਾਲ ਕਰਨਾ ਚਾਹੀਦਾ ਖੈਰਾਪਾ ਅੱਗੇ ਵਧੀਆ ਅਗਲੀ ਗੱਲ ਮੈਂ ਕਰ ਰਿਹਾ ਸੀ ਕਿ ਜੀ ਮੀਤ ਥੇਅਰ ਸਾਹਿਬ ਨੇ ਜਿਹੜਾ ਉਹ ਕੀਤਾ ਦੇਖੋ ਖੇੜ ਨੀਤੀ ਨਵੀਂ ਆਈ ਹੈ ਖੇੜ ਨੀਤੀ ਦੇ ਵਿੱਚ 23 ਕੋਚ ਰੱਖੇ ਨੇ ਐਥਲੈਟਿਕਸ ਦੇ 7 ਕੋਚ ਨੇ ਕੁਸ਼ਤੀ ਦੇ 5 ਕੋਚ ਨੇ ਫਟਵਾਲ ਦੇ 4 ਕੋਚ ਨੇ ਹਾਕੀ ਦੇ 2 ਕੋਚ ਨੇ ਬੈਡਮਿੰਟਨ ਬਾਕਸਿੰਗ ਸਾਈਕਲਿੰਗ ਇੱਕ ਇੱਕ ਕੋਚ ਹੈ ਇਹ ਕਹਿੰਦੀ ਹੈ ਨਵੀਂ ਖੇਡ ਨੀਤੀ ਵੈਸੇ ਮੈਂ ਉਹ ਦੇਖ ਰਿਹਾ ਸੀ ਕਿ ਉਹਨੂੰ ਕਿਤੇ ਕੋਚ ਰੱਖਿਆ ਜਿਹੜਾ ਬੰਦਾ ਮਾਨ ਸਾਹਿਬ ਨੇ ਪੇਸ਼ ਕੀਤਾ ਸੀ ਚਰਨਜੀਤ ਚੰਡੀ ਨੇ ਜੀਤੋਂ 2 ਕਰੋੜ ਮੰਗੇ ਸੀ ਉਹ ਮੈਨੂੰ ਤਾਂ ਕਿਤੇ ਨਜ਼ਰ ਨਹੀਂ ਆਇਆ ਤੇ ਜੇ ਆਉਂਦਾ ਤਾਂ ਜ਼ਰੂਰ ਦੱਸਿਆ ਜਾਂਦਾ ਮੀਡੀਆ ਚ ਗੱਲ ਹੁੰਦੀ ਕਿ ਅਸੀਂ ਉਹਨੂੰ ਵੀ ਕੋਚ ਰੱਖ ਲਿਆ ਖੈਰ ਇਹ ਗੱਲ ਚੰਗੀ ਹੈ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਜੋ ਸਰਕਾਰ ਚੰਗਾ ਕਰਦੀ ਹੈ ਉਹਦੀ ਐਪਰੀਸ਼ੀਏਸ਼ਨ ਕਰਨਾ ਬਣਦਾ ਦੇਖੋ ਉਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਇਸ ਗੱਲ ਦੀ ਖੇਡ ਨੀਤੀ ਲੈ ਕੇ ਆਏ ਨੇ ਕੋਚ ਰੱਖ ਰਹੇ ਨੇ ਇਹ ਵੀ ਇੱਕ ਪੱਖ ਹੈ ਦੂਜਾ ਪੱਖ ਜਿਹੜਾ ਪ੍ਰਸ਼ੰਸਾ ਦੇ ਭਾਗੀਦਾਰ ਨੇ ਉਹ ਹੈ ਸੀਐਮ ਦੀ ਯੋਗਸ਼ਾਲਾ ਭਾਵੇਂ ਦਿੱਲੀ ਤੋਂ ਹੁਣੀ ਚੱਲਣ ਦਿੱਤੀ ਗਈ ਲੇਕਿਨ ਪੰਜਾਬ ਦੇ ਵਿੱਚ ਸੀਐਮ ਦੀ ਯੋਗਸ਼ਾਲਾ ਜਿੱਥੇ-ਜਿੱਥੇ ਯੋਗਾ ਸਿਖਾਉਣਾ ਸ਼ੁਰੂ ਹੋਇਆ ਉੱਥੇ ਲੋਕਾਂ ਨੂੰ ਫਾਇਦਾ ਹੋਣਾ ਸ਼ੁਰੂ ਹੋਇਆ ਤੇ ਮਾਨ ਸਾਹਿਬ ਨੂੰ ਵੀ ਫਾਇਦਾ ਹੋ ਰਿਹਾ ਇੱਕ ਪਿੱਛੇ ਤੇ ਇੱਕ ਅੱਗੇ ਯੋਗਾ ਕੈਂਪ ਤੇ ਦੋ ਜਿਹੜੀਆਂ ਫੋਟੋਆਂ ਮਾਨ ਸਾਹਿਬ ਦੀਆਂ ਸਟੈਂਡੀਜ਼ ਲੱਗਦੀਆਂ ਨੇ ਤੇ ਪ੍ਰਚਾਰ ਵੱਧੂ ਹੋ ਜਾਂਦਾ ਨਾ ਚਾਹੁੰਦੇ ਵੀ ਲੋਕ ਯੋਗਾ ਕਰਦੇ ਕਰਦੇ ਚਾਹੇ ਹੋ ਅੱਖਾਂ ਮੀਚ ਕੇ ਕਿਹਾ ਜਾਂਦਾ ਕਿ ਤੁਸੀਂ pranayama ਕਰੋ ਪਰ ਅੱਖ ਜਦੋਂ ਖੁੱਲਦੀ ਹੈ ਸਾਹਮਣੇ ਭਗਵੰਤ ਮਾਨ ਖੜਾ ਹੁੰਦਾ ਹੈ ਜ਼ਰੂਰ ਜੋਗਾ ਕਰੋ ਦਾ ਜਿਹੜਾ ਨਾਰਾ ਪੜਿਆ ਜਾਂਦਾ ਤੇ ਇਹਦਾ ਫਾਇਦਾ ਭਗਵੰਤ ਮਾਨ ਨੂੰ ਹੋਣੇ ਹੋਣਾ ਦੇਖੋ ਗੱਲ ਇਹ ਹੈ ਕਿ ਜਦੋਂ ਦਾ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਚ ਗਿਆ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਹੋਈ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਕਈ ਬੰਦੇ ਫੜੇ ਗਏ ਨੇ ਔਰ ਕਈ ਬੰਦੇ ਜਿਹੜੇ ਫੜੇ ਗਏ ਨੇ ਜਿਹੜੇ ਬਾਹਰੋਂ ਹਵਾਲਗੀ ਦੇ ਨਾਲ ਲਿਆਂਦੇ ਨੇ ਉਹਨਾਂ ਨਾਲ ਬੈਠ ਕੇ ਮੈਨੇ ਕਹਿੰਦਾ ਕਿ ਉਹ ਇਨਵੈਸਟੀਗੇਸ਼ਨ 'ਚ ਨੌ ਆਇਆ ਦੱਸੇ ਗਏ ਨੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਲੇਕਿਨ ਇਹ ਗੱਲ ਜ਼ਰੂਰ ਹੈ ਕਿ ਦੇਸ਼ ਦੀਆਂ ਏਜੰਸੀਜ਼ ਬਹੁਤ ਸਰਗਰਮ ਹੋਈਆਂ ਨੇ ਔਰ ਵੱਡੇ ਪੱਧਰ ਤੇ ਇਹ ਚਰਚਾ ਚੱਲ ਰਹੀ ਹੈ ਕਿ ਚਾਹੇ ਖੰਡਾ ਗਿਆ ਹੈ ਚਾਹੇ ਪੰਜਵੜ ਗਿਆ ਹੈ ਚਾਹੇ ਨਿਜਰ ਗਿਆ ਇਸ ਦੁਨੀਆ ਤੋਂ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ ਉਹਨਾਂ ਦੀ ਮੌਤ ਨੂੰ ਨਾਲ ਦੀ ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਏਜੰਸੀਆਂ ਜਿਹੜੀਆਂ ਨੇ ਆਪਣੇ ਪੱਧਰ ਤੇ ਬਹੁਤ ਸਰਗਰਮ ਨੇ ਖਾਸ ਤੌਰ ਤੇ ਅਜੀਤ ਡਵਾਲ ਦਾ ਨਾਮ ਇਸ ਗੱਲ ਤੇ ਆਉਂਦਾ ਹੈ ਕਰ ਮੈਂ ਤਾਂ ਗੱਲ ਇਹ ਕਰ ਰਿਹਾ ਕਿ ਪੰਜਾਬ ਦੇ ਵਿੱਚ ਐਨਆਈਏ ਨੇ ਜਿਹੜੇ ਛਾਪੇ ਮਾਰੇ ਉਹਨਾਂ ਛਾਪਿਆਂ ਦੇ ਵਿੱਚ 30 35 ਥਾਵਾਂ ਤੇ ਛਾਪੇ ਮਾਰਨੇ ਕਈ ਜਗ੍ਹਾਾਂ 'ਚ ਇੱਕੋ ਦਿਨ ਦੇ ਵਿੱਚ ਇਹ ਸਾਰਿਆਂ ਦਾ ਕਿਤੇ ਨਾ ਕਿਤੇ ਲਿੰਕ ਨਜ਼ਰ ਆਉਂਦਾ ਹੈ ਜਿਹੜਾ ਭਾਰਤੀ ਦੂਤਾਵਾਸਤੇ ਤਿਰੰਗੇ ਝੰਡੇ ਦੀ ਜਿਹੜੀ ਇਨਸਲਟ ਹੋਈ ਸੀ ਅਮਰਤਪਾਲ ਦੇ ਗ੍ਰਫਤਾਰੀ ਤੋਂ ਬਾਅਦ ਐਕਸ਼ਨ ਤੋਂ ਬਾਅਦ ਜਿਹਦੇ ਵਿੱਚ ਖੰਡੇ ਦਾ ਨਾਮ ਆ ਰਿਹਾ ਸੀ ਅਪਤਾਰ ਸਿੰਘ ਖੰਡੇ ਦਾ ਹੁਣ ਲੋਕ ਫੰਡਿੰਗ ਦੇ ਜਿਹੜਾ ਹੈ ਪੱਦਰ ਤੇ ਜਾਂ ਤੁਹਾਡਾ ਕੀ ਲਿੰਕ ਹੈ ਜਾਂ ਜਿਹੜੇ ਬੰਦਿਆਂ ਤੇ ਛਾਪੇ ਪਏ ਨੇ ਉਹਨਾਂ ਦੇ ਇੰਗਲੈਂਡ ਚ ਲਿੰਕ ਦੇਖੇ ਜਾ ਰਹੇ ਨੇ ਲੇਕਿਨ ਮੈਂ ਜ਼ਿਕਰ ਕਰਨਾ ਅੱਜ ਦੀ ਇਸ ਖਬਰ ਚ ਜ਼ਿਆਦਾ ਚਾਹਣਾ ਹੈ ਜਿਹੜੀ ਖਾਲਸਾ ਏਡ ਤੇ ਛਾਪਾ ਪਿਆ ਰਵੀ ਸਿੰਘ ਜਿਹੜੇ ਉਹਨਾਂ ਦੇ ਸਾਰੀ ਦੁਨੀਆ ਦੇ ਇੰਚਾਰਜ ਨੇ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਰਵੀ ਸਿੰਘ ਨੇ ਵੀ ਇਸ ਗਲਤੀ ਦੀ ਆਲੋਚਨਾ ਕੀਤੀ ਤੇ ਕਰਨੀ ਬਣਦੀ ਹੈ ਤੇ ਉਹ ਕਹਿੰਦੇ ਵੀ ਦੇਖੋ ਅਸੀਂ ਤਾਂ ਸਾਰੀ ਦੁਨੀਆ 'ਚ ਬਿਨਾਂ ਕਿਸੇ ਭੇਦ-ਪਾਪ ਦੇ ਚਾਹੇ ਕੋਈ ਵੀ ਕੰਟਰੀ ਹੈ ਤੇ ਉੱਥੇ ਅਸੀਂ ਪਹੁੰਚਦੇ ਹਾਂ ਜਿੱਥੇ ਲੋਕਾਂ ਨੂੰ ਸਾਡੀ ਲੋੜ ਹੁੰਦੀ ਹੈ ਇਹ ਉਹਨਾਂ ਦਾ ਕਹਿਣਾ ਹੈ ਇਹ ਸਾਡੇ ਜਿਹੜਾ ਪਟਿਆਲੇ ਦੇ ਦਫਤਰ ਤੇ ਛਾਪਾ ਮਾਰਨਾ ਗਲਤ ਗੱਲ ਹੈ ਤੇ ਜਿਹੜਾ ਪਟਿਆਲੇ ਦੇ ਦਫਤਰ ਤੇ ਛਾਪਾ ਮਾਰਿਆ ਉਹ ਸੱਚਮੁੱਚ ਹੀ ਗਲਤ ਗੱਲ ਇਸ ਕਰਕੇ ਹੈ ਕਿ ਤਕਰੀਬਨ ਖਾਲਸਾ ਏਡ ਦੇ ਜਿਹੜੇ 400 ਤੋਂ ਵੱਧ ਬੰਦੇ ਵਲੰਟੀਅਰਸ ਅੱਜ ਕੱਲ ਲੱਗੇ ਹੋਏ ਨੇ ਪੰਜਾਬ ਹਰਿਆਣਾ ਦੇ ਵਿੱਚ ਹੜ੍ਹਾਂ ਦੇ ਜਿਹੜੇ ਪੀੜਤ ਦੇ ਉਹਨਾਂ ਦੀ ਮਦਦ ਕਰਨ ਇਹ ਤਾਂ ਗੱਲ ਆਪਾਂ ਨੂੰ ਵੀ ਪਤਾ ਹੈ ਸਭ ਨੂੰ ਪਤਾ ਹੈ ਕਿ ਜਿੱਥੇ ਕੋਈ ਵੀ ਪਹੁੰਚਦਾ ਉੱਥੇ ਖਾਲਸਾ ਏਡ ਪਹੁੰਚ ਜਾਂਦੀ ਹੈ ਅੱਗੇ ਆਪਾਂ ਦੇਖਿਆ ਜਾਂ ਕਿਸਾਨ ਅੰਦੋਲਨ ਦੇ ਵਿੱਚ ਆਖਿਆ ਸ਼ਾਇਦ ਕਿਸਾਨ ਅੰਦੋਲਨ ਤੋਂ ਹੀ ਰੜਖੋਵੇ ਇਹ ਵੀ ਦੇਖਣ ਵਾਲੀ ਗੱਲ ਹੈ ਲੇਕਿਨ ਕਹਾਣੀ ਸ਼ਾਇਦ ਇਸ ਕਰਕੇ ਲੱਗਦੀ ਹੈ ਕਿ ਜਿਹੜਾ ਅਮਨਪ੍ਰੀਤ ਸਿੰਘ ਹੈ ਜਿਹੜਾ ਆਪਣੇ ਆਪ ਨੂੰ ਕੰਸਲਟੈਂਟ ਕਹਿੰਦਾ ਹੈ ਜਾਂ ਇਥੋਂ ਦਾ ਡਾਇਰੈਕਟਰ ਹੈ ਜਿਹੜਾ ਇੰਡੀਆ ਚੈਪਟਰ ਦੇ ਪਟਿਆਲੇ ਦਫ਼ਤਰ ਹੈ ਪੇਸ਼ੇਵਜੋਂ ਪਾਇਲਟ ਬਣਨਾ ਚਾਹੁੰਦਾ ਸੀ ਪਰ ਉਸਨੇ ਚੁਣਿਆ ਇਹ ਸੇਵਾ ਲੋਕ ਸੇਵਾ ਤੇ ਉਸ ਘਰ ਦਾ ਛਾਪਾ ਉਸ ਦਿਨ ਉਸ ਮੇਲੇ ਤੇ ਉਸ ਦਿਨ ਪਿਆ ਜਿਸ ਦਿਨ ਉਹਦਾ ਆਪਣਾ ਵਰਡੇ ਸੀ ਔਰ ਛੋਟਾ ਬੱਚਾ 4.5 ਸਾਲ ਦਾ ਉਹਦਾ ਆਪਣੇ ਪਾਪਾ ਲਈ ਕਾਰਡ ਜਿਹੜਾ ਬਣਾ ਕੇ ਬੈਠਾ ਹੈ ਲੇਕਿਨ ਸਵੇਰੇ ਉਹਦੇ ਬੱਚੇ ਦੇ ਉੱਠਣ ਤੋਂ ਪਹਿਲਾਂ ਹੀ ਬਲਕਿ ਬੱਚੇ ਨੂੰ ਉਠਾ ਦਿੱਤਾ ਗਿਆ ਕਿ ਇਸ ਬੱਚੇ ਨੂੰ ਚੱਕ ਕੇ ਲੈ ਜਾਓ ਜਿਹੜੇ ਬੈੱਡ ਤੇ ਪਿਆ ਉਹ ਗੱਦਾ ਸੀ ਚੱਕ ਕੇ ਦੇਖਣਾ ਹੈ ਕਿ ਇਸ ਬੈਟ ਦੇ ਵਿੱਚ ਹੈ ਕੀ ਇਸ ਕਿਸਮ ਦਾ ਛਾਪਾ ਕਿ ਸਭ ਨੂੰ ਪਤਾ ਹੈ ਵੀ ਖਾਲਸਾ ਐਡ ਕੀ ਕਰਦੀ ਹੈ ਤੇ ਅਮਨਪ੍ਰੀਤ ਸਿੰਘ ਤੋਂ ਤਕਰੀਬਨ 5 ਘੰਟੇ ਪੁੱਛਗਿਛ ਹੁੰਦੀ ਹੈ ਔਰ ਉਸ ਦਾ ਮੋਬਾਈਲ ਨਾਲ ਲੈ ਕੇ ਜਾਂਦੇ ਨੇ ਅਮਨਪ੍ਰੀਤ ਦੇ ਦੱਸਣ ਦੇ ਮਤਾਬਕ ਕਿ ਮੇਰੇ ਸਾਰੇ ਉਹ ਲੈ ਕੇ ਆਏ ਸੀ ਬਹੁਤ ਸਾਰੇ ਨੌ ਔਰ ਉਹ ਚੈਟ ਦੇਖਣਾ ਚਾਹੁੰਦੇ ਸੀ ਵੀ ਮੈਂ ਕਿਹਦੇ ਨਾਲ ਕਿਹੜੀ ਗੱਲ ਕੀਤੀ ਹੈ ਮੇਰੇ ਫੋਨ ਚ ਅਪਤਾਰ ਸਿੰਘ ਖੰਡਾ ਦਾ ਨੰਬਰ ਵੀ ਸੀ ਇਸ ਲਈ ਉਹਨੇ ਸਪੈਸ਼ਲ ਪੁੱਛਿਆ ਕਹਿੰਦੇ ਮੈਂ ਦੱਸਦਾ ਵੀ ਤੁਹਾਡੇ ਸਭ ਨੇ ਆ ਉਹ ਕਹਿੰਦੇ ਨਹੀਂ ਅਸੀਂ ਮੋਬਾਈਲ ਲੈ ਕੇ ਜਾਣਾ ਤੇ ਉਹ ਮੋਬਾਈਲ ਲੈ ਗਏ ਨਾਲ ਤੋਂ ਮਤਲਬ ਇਹ ਕਿ ਅਪਤਾਰ ਸਿੰਘ ਖੰਡਾ ਚਾ ਇਹ ਜਿਹੜਾ ਹੈ ਇਹਦੇ ਲਿੰਕ ਜਿਹੜੇ ਇੰਗਲੈਂਡ ਚ ਵਾਪਰ ਰਿਹਾ ਉਸ ਦੇ ਲਈ ਐਨ ਆਈ ਇਹ ਜਿਹੜੀ ਹੈ ਸਾਡੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਹੈ ਬਹੁਤ ਕੁਝ ਉਹ ਪੁੱਛ ਰਹੀ ਹੈ ਇਸ ਕਿਸਮ ਦੀਆਂ ਗੱਲਾਂ ਹੁਣ ਲੋਕ ਵੀ ਉੱਠੇ ਨੇ ਕੱਲ ਬਿਕਰਮ ਮਜੀਠੀਆ ਨੇ ਜਦੋਂ ਸੰਜੇ ਸਿੰਘ ਤੇ ਜਿਹੜਾ ਮਾਨ ਹੰਨੀ ਦਾ ਕੇਸ ਹੈ ਜਿਹੜਾ ਕੇਜਰੀਵਾਲ ਨੇ ਤਾਂ ਮਾਫੀ ਮੰਗ ਲਈ ਸੀ ਸੰਜੇ ਸਿੰਘ ਨੇ ਹਾਲੇ ਮਾਫੀ ਨਹੀਂ ਮੰਗੀ ਤੇ ਉਸ ਕੇਸ ਦੇ ਵਿੱਚ ਉਹ ਗਏ ਸੀ ਤੇ ਬਿਕਰਮ ਮਜੀਠੀਆ ਨੇ ਵੀ ਇਹ ਇਸ਼ੂ ਉਠਾਇਆ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਾਣਬੁੱਝ ਕੇ ਬਹਾਨਾ ਬਣਾ ਕੇ ਇਹ ਬਿਕਰਮ ਮਜੀਠੀਆ ਨੇ ਕੱਲ ਇਸ਼ੂ ਉਠਾਇਆ ਕਾਸੋਰ ਤੇ ਕਾਲਸਾ 8 ਦੇ ਮਾਮਲੇ ਚ ਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਜਿਹੜੀਆਂ ਲੋਕ ਸੇਵਾ ਚ ਲੱਗੀਆਂ ਹੋਈਆਂ ਨੇ ਉਹਨਾਂ ਤੇ ਇਨਵੈਸਟੀਗੇਟ ਕਰਨਾ ਜਾਂ ਛਾਪੇ ਮਾਰਨਾ ਗਲਤ ਗੱਲ ਐ ਬਾਕੀ ਤਾਂ ਦੇਖੋ اپੋਜੀਸ਼ਨ ਬਿਕਰਮਜੀਤਿਆ ਨੇ ਕਲੇ ਅੱਛੇ ਗੱਲ ਨਹੀਂ ਕੀਤੀ ਜਦੋਂ ਪੱਤਰਕਾਰ ਸਾਹਮਣੇ ਹੋਣ ਤੇ ਵਧੀਆ ਬਲਾਰਾ ਬਿਕਰਮਪਾਰਗਾ ਹੋਵੇ ਤਾਂ ਫਿਰ ਉਹ ਮੌਕਾ ਛੜਦਾ ਥੋੜੀ ਐ ਉਹ ਕਹਿੰਦਾ ਜੀ ਦੇਖੋ ਸਾਨੂੰ ਇਹ ਦੱਸੋ ਕਿ ਮੁੱਖ ਮੰਤਰੀ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਔਰ ਕਿਹੜਾ ਸਬਦਾਨ ਕਹਦਾ ਤੇ ਉਹਨੂੰ ਇੰਨੀ ਸੁਰੱਖਿਆ ਕਿਉਂ ਦਿੱਤੀ ਹੈ ਇੰਨੀ ਸਿਕਿਉਰਿਟੀ ਦਿੱਤੀ ਕਿਉਂ ਹੋਈ ਹੈ ਇਹ ਉਹਨਾਂ ਨੇ ਗੱਲ ਕੀਤੀ ਬਾਕੀ ਦੇਖੋ ਜਦੋਂ ਤੁਸੀਂ ਮੌਕਾ ਦਿਓਗੇ ਵਿਰੋਧੀਆਂ ਨੇ ਤਾਂ ਬੋਲਣਾ ਹੀ ਹੈ ਤੇ ਇੱਕ ਮੌਕਾ ਦਿੱਤਾ ਦੇਵਮਾਨ ਨੇ ਦੇਵਮਾਨ ਜਿਹੜੇ ਕਿ ਨਾਬੇ ਤੋਂ ਹੈਗੇ ਨੇ ਐ ਐਮ ਐਲ ਏ ਔਰ ਨਾਬਾਜਕਰ ਰਿਜ਼ਰਵ ਕੰਸਟੀਟੂਐਂਸੀ ਹੈ ਦੇਵਮਾਨ ਨੇ ਵੀ ਕਾਫੀ ਮਿਹਨਤ ਕੀਤੀ ਸਿੰਗਰ ਸੀ ਐਡਮਿੰਟਨ ਦੇ ਵਿੱਚ ਕੈਨੇਡਾ ਦੇ ਵਿੱਚ ਚਾਕੇ ਉਥੇ ਪੋਲਿਟਿਕਸ ਜੁਆਇਨ ਕੀਤੀ ਚਲੋ ਐਮਐਲਏ ਬਣ ਗਿਆ ਹੁਣ ਉਹ ਕਹਿੰਦਾ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਕੇਜਰੀਵਾਲ ਸਾਹਿਬ ਨੇ ਦਲਿਤ ਜਿਹੜਾ ਹੈ ਮੁੱਖ ਮੰਤਰੀ ਬਣਾਵਾਂਗੇ ਹਾਲੇ ਤੱਕ ਕੋਈ ਬਣਾਇਆ ਕਿਉਂ ਨਹੀਂ ਇਹ ਉਹਨਾਂ ਦਾ ਮਸਲਾ ਉਹ ਕਹਿੰਦੇ ਮੈਂ ਵੀ ਬਣ ਸਕਦਾ ਇਹ ਗੱਲ ਨੂੰ ਲੈ ਕੇ ਵਿਕਰਮਜੀਤ ਸਿੰਘ ਨੂੰ ਮੌਕਾ ਮਿਲ ਗਿਆ ਉਹਨੇ ਵੀ ਕੱਲ ਇਹ ਮਸਲਾ ਫਿਰ ਉਠਾਇਆ ਖੈਰ ਆਪਾਂ ਅੱਗੇ ਵਧਿਏ ਕੁਈ ਮਕਾਨੀ ਛੱਡਦੇ ਸਾਡੇ ਪੋਲਿਟਿਸ਼ੀਅਨ ਹੋਣ ਪੁਲਿਸ ਵਾਲੇ ਹੋਣ ਮੈਂ ਕਿੰਨੇ ਵਾਰੀ ਕਿਹਾ ਹੈ ਤੁਹਾਨੂੰ ਕਿ ਤੁਸੀਂ ਵਰਕੇ ਮੈਨੂੰ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਪੈਸੇ ਦੀ ਦੌੜ ਦੇ ਵਿੱਚ ਕਰਾਪਸ਼ਨ ਦੀ ਦੌੜ ਦੇ ਵਿੱਚ ਅੱਗੇ ਕੌਣ ਹੈ ਪੋਲਿਟਿਸ਼ੀਅਨ ਪੁਲਿਸ ਵਾਲੇ ਜਾਂ ਆਈਐਸ ਅਫਸਰ ਜੇ ਉਹਨਾਂ ਦਾ ਆਪਾਂ ਦੇਖੀਏ ਨਾ ਉਹਨਾਂ ਦੇ ਲਾਈਫ ਸਟਾਈਲ ਜਿਵੇਂ ਉਹ ਰਹਿੰਦੇ ਨੇ ਜਿਵੇਂ ਉਹਨਾਂ ਨੇ ਜ਼ਮੀਨਾਂ ਜਾਇਦਾਦਾਂ ਬਣਾਈਆਂ ਨੇ ਸੱਚਮੁੱਚੀ ਨਿਰਣਾ ਕਰਨਾ ਉਹ ਜੱਜਮੈਂਟ ਕਰਨੀ ਔਖੀ ਹੋ ਜੂ ਵੀ ਇੰਨਾ ਚ ਕਿਹੜਾ ਸਹੀ ਕਿਹੜਾ ਤੇਜ਼ੀ ਨਾਲ ਪੈਸਾ ਬਣਾ ਚ ਕਾਮਯਾਬ ਹੋਇਆ ਮੈਂ ਇੱਕ ਵੱਡੇ ਪਾਲਸ ਅਫਸਰ ਨੂੰ ਉਹਨਾਂ ਦੇ ਨਾਲ ਚ ਮੈਂ ਇੱਕ ਅਖਬਾਰ ਦਾ ਐਡੀਟਰ ਸੀ ਤੇ ਉਹ ਥੋੜੇ ਸਮੇਂ ਲਈ ਬਣਿਆ ਸੀ ਇਥੋਂ ਯੂਨੀਵਰਸਿਟੀ ਤੋਂ ਛੁੱਟੀ ਲੈ ਕੇ ਤੇ ਮੈਂ ਐਨ ਆਰ ਆਈ ਦਾ ਜਿਹੜਾ ਹੈ ਅਨਚਾਰ ਸੀ ਉਹ ਵੱਡਾ ਅਫਸਰ ਮੈਂ ਨਿਊ ਚੰਡੀਗੜ੍ਹ ਜਾ ਕੇ ਦੇਖਿਆ ਕੀ ਆ ਕਮਾਲ ਹੈ ਵੱਡੇ ਵੱਡੇ ਅਫਸਰਾਂ ਨੇ ਪਿੰਡ ਚੋਂ ਕੋਈ ਵੱਢਦਾ ਉੱਥੇ ਕੋਈ ਘੁੱਟੀਆਂ ਪਾਈਆਂ ਸੀ ਨਾ ਸਿਰਫ ਉਹਨਾਂ ਨੇ ਘੁੱਟੀਆਂ ਪਾਈਆਂ ਹੋਈਆਂ ਸੀ ਨਾਲ ਉਹਨਾਂ ਦੇ ਸਾਲਿਆਂ ਦੀਆਂ ਸਹੁਰਿਆਂ ਦੀਆਂ ਸਭ ਦੀਆਂ ਘੁੱਟੀਆਂ ਸੀ ਤੋਂ ਇਸ ਤਰ੍ਹਾਂ ਦੇ ਹਾਲਾਤ ਨੇ ਖੈਰ ਮੈਂ ਤਾਂ ਗੱਲ ਕਰ ਰਿਹਾ ਸੀ ਪਰਲ ਗਰੁੱਪ ਦੀ ਪਰਲ ਗਰੁੱਪ ਭੰਗੂ ਉਹ ਜੇਲ੍ਹ ਚ ਹੈ ਜਾਂ ਕੁਛ ਹੈ ਲੇਕਿਨ ਭੰਗੂ ਨੇ ਵੱਡੇ ਬੰਦੇ ਬਣਾਏ ਬੜਾ ਲੋਕਾਂ ਨੇ ਭੰਗੂ ਦੇ ਨਾਂ ਤੇ ਪੈਸਾ ਕਮਾਇਆ ਤੇ ਹੁਣ ਹੋ ਜਿਹੜਾ ਸਰਕਾਰ ਲਿਖਦੀ ਹੈ 60000 ਕਰੋੜ ਪਰਲ ਗਰੁੱਪ ਦਾ ਘਟਾਲਾ ਜਿਹੜਾ ਤੇ ਛੇ ਹੁਣ ਇਹ ਵੈਸੇ ਤਾਂ ਕੇਸ ਤਾਂ ਕੈਪਟਨ ਸਾਹਿਬ ਦੇ ਟਾਈਮ ਤੇ ਹੋ ਗਿਆ ਸੀ ਜਿਹੜਾ ਲੇਕਨ ਉਸ ਨੂੰ ਜਿਹੜੀ ਵਿਜੀਲੈਂਸ ਨੂੰ ਦਿੱਤਾ ਹੈ ਭਗਵੰਤ ਮਾਨ ਨੇ 192 ਤੋਂ ਤੇ ਹੁਣ ਵਿਜੀਲੈਂਸ ਜਿਹੜੀ ਹੈ ਉਹ ਕਰ ਰਹੀ ਹੈ ਜਾਂਚ ਤੇ ਹੁਣ ਵਿਜੀਲੈਂਸ ਨੂੰ ਮਿਲਿਆ ਕਲੂ ਜਿਹਦੇ ਚ ਆ ਜ਼ਿਕਰ ਕਰਕੇਟੇ ਪੁਲਿਸ ਅਫਸਰ ਸਿਆਸਤਦਾਨ ਔਰ ਮੈਂ ਦੇਖ ਰਿਹਾ ਚਾਰ ਤਾਂ ਕਹਿੰਦੇ ਸਿਆਸੀ ਆਗੂ ਫਸਣਗੇ 6 ਪੁਲਿਸ ਅਧਿਕਾਰੀ ਜਿਹੜੀ ਇੱਕ ਇੱਕ ਤਾਂ ਆਈਪੀਐਸ ਜਿਹੜਾ ਸਰਵਿੰਗ ਹੈ ਇੱਕ ਸੇਵਾਮੁਕਤ ਆਈਪੀਐਸ ਇੱਕ ਡੀਐਸਪੀ ਚਾਰ ਇਨਸਪੈਕਟਰ ਤੇ ਇੱਕ ਬੰਦੇ ਨੇ ਤਾਂ ਕਮਾਲ ਹੀ ਕਰਤੀ ਇੱਕ ਹੋਟਲ ਬਣਾ ਲਿਆ ਅਮਰੀਕਾ ਦੇ ਵਿੱਚ ਇਹਨੂੰ ਇਨਵੈਸਟਮੈਂਟ ਵੀ ਕਰਤੀ ਨਾਲ bizness ਜੇ ਇੰਨਾ ਕੁਝ ਜਾਣਦੀ ਹੈ ਇਹ ਕਿਹੜਾ ਇੱਕ ਦਿੰਦਾ ਹੈ ਬੜਾ ਲੰਮਾ ਘਟਾਲਾ ਲੰਬੇ ਸਮੇਂ ਤੱਕ ਚੱਲਦਾ ਰਿਹਾ 1998 ਤੋਂ ਸ਼ੁਰੂ ਹੋਇਆ ਸੀ ਇਹ ਗਰੁੱਪ ਜਿਹੜਾ ਪਰਲ ਦਾ ਘਟਾਲਾ ਕਹਿ ਲੋ ਉਹ ਤੋਂ ਸ਼ੁਰੂ ਹੋਇਆ ਸੀ ਦੇਖਦੇ ਆ bizness ਕਿੰਨਿਆਂ ਕਾਨੂੰਨ ਮਤਲਬ ਇਸ ਮਾਮਲੇ ਦੇ ਵਿੱਚ ਲੈ ਕੇ ਜਾਂਦੀ ਹੈ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਖੈਰ ਆਪਾਂ ਇੱਕ ਖਬਰ ਇੰਟਰਨੈਸ਼ਨਲ ਹੈਲੀ ਨੈਸ਼ਨਲ ਹੈਲੀ ਅੱਜਕੱਲ ਮੈਂ ਤੁਹਾਨੂੰ ਪਤਾ ਹੈ ਕਿ ਕੈਨੇਡਾ ਆਇਆ ਹੋਇਆ ਤੇ ਕੈਨੇਡਾ ਦੇ ਵਿੱਚ ਜਦੋਂ ਵਿਚਰਦੇ ਆ ਗੱਲਾਂ ਬਾਤਾਂ ਸੁਣੀਦੀਆਂ ਨੇ ਤੇ ਜਿਹੜੇ ਸਾਡੇ ਪੰਜਾਬੀ ਕੈਨੇਡੀਅਨ ਹੋ ਗਏ ਉਹਨਾਂ ਦੀ ਵੀ ਸੁਣੀਦੀਆਂ ਨੇ ਅੱਜ ਬੜੀ ਚਰਚਾ ਹੈ ਕਿਹੜੀ ਗੱਲ ਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਕੀ ਹੈ ਜੀ ਡਾਈਵੋਰਸ ਹੋ ਗਿਆ ਦੇਖੋ ਇੱਥੇ ਤਲਾਕ ਹੋਣਾ ਕੋਈ ਐਡੀ ਵੱਡੀ ਗੱਲ ਮੈਨੂੰ ਲੱਗਦਾ ਨਹੀਂ ਬਹੁਤ ਵਾਰ ਜੇ ਆਪਾਂ ਇਹ ਜੋ ਇਹਨਾਂ ਦੇ ਦੇਖਦੇ ਆਂ ਚਾਹੇ 트럼ਪ ਤੋਂ ਲੈ ਕੇ ਯੂ ਐਸ ਕੈਨੇਡਾ ਜਾਂ ਵਿਕਸਤ ਦੇਸ਼ਾਂ ਦੇ ਵਿੱਚ ਜੇ ਨਹੀਂ ਬਣਦੀ ਤਾਂ ਲੱਗ ਹੋ ਜਾਂਦੇ ਨੇ ਇਹ ਤਾਂ ਆਨੰਦ ਮਾਇਰ ਜੈਕਟ ਹੀ ਹੈ ਸਾਡਾ ਜਿਹੜਾ ਕਹਿੰਦਾ ਵੀ ਤਲਾਕ ਨਹੀਂ ਬਸ ਜੁੜ ਗਏ ਤਾਂ ਸੱਤ ਜਨਮਾਂ ਦਾ ਹੀ ਕੰਮ ਹੈ ਤੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 2005 ਚ ਵਿਆਹ ਹੋਇਆ ਸੀ ਜਿਨੀ 18 ਸਾਲ ਬਾਅਦ ਤਿੰਨ ਬੱਚੇ ਹੋਣ ਤਿੰਨ ਬੱਚੇ 18 ਸਾਲ ਵਿਆਹ ਤੋਂ ਬਾਅਦ ਉਹਨਾਂ ਦਾ ਵਿਆਹ ਟੁੱਟ ਗਿਆ ਅਲੱਗ ਹੋ ਗਏ ਜੱਜਮੈਂਟ ਦੇਤੀ ਜੱਜ ਨੇ ਮੈਂ ਡਿਟੇਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਇੱਕ ਲੋਕਲ ਜਰਨਲਿਸਟ ਨੂੰ ਪੁੱਛਿਆ ਕਿ ਇਹ ਬੱਚਿਆਂ ਦਾ ਕੀ ਬਣੂ ਕੀ ਹੋਇਆ ਉਹ ਕਹਿੰਦਾ ਜੀ ਇਹ ਤਾਂ ਲੱਭਣਾ ਪਊਗਾ ਜੀ ਇੰਨੀ ਜਲਦੀ ਤੁਹਾਨੂੰ ਡਿਟੇਲ ਨਹੀਂ ਮਿਲਦੀ ਜਦੋਂ ਵੀ ਮਿਲੀ ਥੋੜੇ ਨਾਲ ਗੱਲ ਕਰਾਂਗੇ ਲੇਕਿਨ ਇਹ ਚਰਚਾ ਜ਼ਰੂਰ ਹੈ ਕਿ ਜਸਟਨ ਟੂਡੋ ਨੇ ਡਾਈਵੋਰਸ ਲੈ ਲਿਆ ਅਗਲੀ ਖਬਰ ਆਪਾਂ ਲਈਏ ਮੈਂ ਦੇਖ ਰਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਬੜੀ ਚੜ੍ਹਾਈ ਹੈ ਦੇਖੋ ਐਮਪੀ ਦਾ ਬਣਾਈ ਲਿਆ ਜਲੰਧਰ ਤੋਂ ਫਿਰ 92 ਐਮਐਲਏ ਫਿਰ ਰਹਿ ਕੇ ਨਿਗਮ ਉਹਨਾਂ ਦੇ ਆਉਣੀਆਂ ਨੇ ਚੋਣਾ ਕਈਆਂ ਥਾਂ ਤੇ ਮੋਗੇ ਵਰਗੇ ਥਾਂ ਤੇ ਤਾਂ ਬਣਾ ਲਈ ਆਪਣੀ ਸਰਕਾਰ ਤੇ ਹੁਣ ਮਰਿੰਡੇ ਦੀ ਗੱਲ ਮੈਂ ਦੇਖ ਰਿਹਾ ਸੀ ਤੇ ਮਰਿੰਡੇ ਦੀ ਸਰਕਾਰ ਕਿਵੇਂ ਬਣਾਈ ਹੈ ਇਹਨਾਂ ਨੇ ਮਰਿੰਡੇ ਜਿਹੜਾ ਨਗਰ ਕੌਂਸਲ ਹੈ ਉਹਦਾ ਪ੍ਰਧਾਨ ਹੈ ਜਗਦੇਵ ਸਿੰਘ ਬਿੱਟੂ ਜਿਹੜਾ ਕਾਂਗਰਸੀ ਉਪ ਪ੍ਰਧਾਨ ਅਮਰਪਾਲ ਸਿੰਘ ਖਟੜਾ ਜਿਹੜਾ ਅਕਾਲੀ ਦੋਨਾਂ ਨੂੰ ਉੱਥੋਂ ਦੇ ਐਮਐਲਏ ਡਾਕਟਰ ਚਰਨਜੀਤ ਸਿੰਘ ਨੇ ਕਿਵੇਂ ਬਣਾਇਆ ਕਿਵੇਂ ਕੀਤਾ ਜ਼ੋਰ ਜ਼ਬਰਦਸਤੀ ਇਹ ਤਾਂ ਬਹੁਤ ਸਾਰੇ ਸਰਪੰਚ ਜਲੰਧਰ ਦੇ ਏਰੀਏ ਤੇ ਦੱਸਣਗੇ ਵੀ ਕੀ ਤਰੀਕਾ ਹੁੰਦਾ ਤੇ ਉੱਥੇ ਫਿਰ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਜੀ ਅਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਮਤਲਬ ਛੱਡੋ ਕਿਵੇਂ ਹੋਈ ਲੇਕਿਨ ਜਿਹੜੀਆਂ ਵੋਟਾਂ ਹੋਈਆਂ ਐ ਐਸਡੀਐਮ ਅਮਰੀਕ ਸਿੰਘ ਸਿੱਧੂ ਸਾਹਿਬ ਨੇ ਡਿਕਲੇਅਰ ਕਰਤਾ ਕਿ ਮਰਿੰਡਾ ਨਗਰ ਕੌਂਸਲ ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਇਹ ਤਾਂ ਸੱਚ ਬੱਚੀ ਕਬਜ਼ੇ ਵਾਲੀ ਗੱਲ ਲੱਗਦੀ ਐ ਲੇਕਿਨ ਮੈਨੂੰ ਇਹ ਨਹੀਂ ਇਤਰਾਜ਼ ਉਹ ਠੀਕ ਐ ਸਭ ਕੁਝ ਠੀਕ ਐ ਪਰ ਬਦਲਾਅ ਦੀ ਗੱਲ ਜਦੋਂ ਆਉਂਦੀ ਹੈ ਨਾ ਤੇ ਫਿਰ ਫਰਕ ਕੀ ਰਹਿ ਗਿਆ ਬਸ ਇੰਨਾ ਕੁ ਜ਼ਰੂਰ ਲੋਕ ਪੁੱਛਣ ਲੱਗੇ ਸੋਚਣ ਲੱਗੇ ਆਹੀ ਕੁਛ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਪੋਸਟਰ ਲੱਗੇ ਸੀ ਜਿੱਤਣਾ 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 ਮਤਲਬ ਹਰ ਹਾਲਤ ਜਿੱਤਣਾ ਇਹੀ ਕੁਛ ਉਹਨੂੰ ਇਹ ਕਹਿੰਦੇ ਨੇ ਕਿ ਜੀ ਅਸੀਂ ਕਬਜ਼ਾ ਕਰ ਲਿਆ ਤੇ ਜਵੇਂ ਮਰਜ਼ੀ ਕਬਜ਼ਾ ਕਰੀਏ ਹਰ ਹਾਲਤ ਜਿੱਤਣਾ ਇਹਦੇ ਤੇ ਕੋਈ ਤਰਾਹ ਨਹੀਂ ਅਗਲਾ ਕਹਿੰਦਾ ਮੈਤਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਲੇਕਿਨ ਤਰੀਕਾ ਕਿਹੜਾ ਹੈ ਇਸ ਤੋਂ ਲੱਗਦਾ ਹੈ ਚਾਹੇ ਅਕਾਲੀ ਚਾਹੇ ਕਾਂਗਰਸੀ ਚਾਹੇ ਜਿਹਦੀ ਮਰਜ਼ੀ ਸਰਕਾਰ ਹੋਵੇ ਜੇ ਇਸ ਤਰ੍ਹਾਂ ਹੀ ਚੱਲਿਆ ਤਾਂ ਫਿਰ ਬਦਰਾ ਲਈ ਜਿਹੜੀ ਨੀਤੀ ਹੈ ਨਾ ਉਹਤੇ ਜ਼ਰੂਰ ਸਵਾਲ ਖੜਾ ਹੁੰਦਾ ਹੈ ਖੈਰ ਆਪਾਂ ਖਬਰਾਂ ਦਾ ਸਿਲਸਲਾ ਅੱਗੇ ਵਧਾਉਣਾ ਹੈ ਅਗਲੇ ਹਿੱਸੇ ਦੇ ਵਿੱਚ ਕੁਝ ਖਬਰਾਂ ਲਵਾਂਗੇ ਜਿਵੇਂ ਜੇਲ੍ਹਾਂ ਦੇ ਵਿੱਚ ਜਦੋਂ ਵੀ ਰੇਡ ਕਰੋ ਤੇ ਮੋਬਾਈਲ ਵੀ ਮਿਲਦੇ ਨੇ ਤੇ ਨਸ਼ੇ ਵੀ ਮਿਲਦੇ ਨੇ ਇਹਦੀ ਵੀ ਗੱਲ ਕਰਨੀ ਹੈ ਕਿ ਕੱਲ ਦੀ ਰੇਡ ਦੇ ਵਿੱਚ ਕੀ ਬਣਿਆ ਤੇ ਫਿਰ ਨਾਲ ਆਪਾਂ ਗੱਲ ਕਰਨੀ ਹੈ ਕਿ ਜਿਹੜਾ ਧਾਰਾ 370 ਤੇ ਵੀ ਸੁਪਰੀਮ ਕੋਰਟ ਦੀ ਸੁਣਵਾਈ ਸ਼ੁਰੂ ਹੋਗੀ ਤੇ ਧਾਰਾ 370 ਤੇ ਕੀ ਉਮਰ ਅਬਦੁੱਲਾ ਜਾਂ ਮੁਤੀ ਮਹਿਬੂਬਾ ਮੁਸਤੀ ਕੀ ਕਹਿੰਦੇ ਨੇ ਇਹ ਗੱਲ ਕਰਨੀ ਬਣਦੀ ਹੈ ਅਗਲੇ ਹਿੱਸੇ ਚ ਕਰਾਂਗੇ ਕਿਉਂਕਿ ਉਹਨਾਂ ਨੂੰ ਆਸ ਹੈ ਖਾਸ ਤੌਰ ਤੇ ਜਿੰਨਾ ਚਿਰ ਡੀワイ ਚੰਦਰ ਚੂੜਾ ਉਹਨਾਂ ਚਰਚੀ ਜਸਟਿਸ ਤੇ ਨਿਆਂ ਤੇ ਆਸ ਹੈ ਸਾਰਿਆਂ ਨੂੰ ਇਹ ਗੱਲ ਕਰਾਂਗੇ ਰਾਹੁਲ ਗਾਂਧੀ ਨੂੰ ਵੀ ਆਸ ਹੈ ਇਹ ਵੀ ਗੱਲ ਕਰਨੀ ਹੈ ਸੁਪਰੀਮ ਕੋਰਟ ਦੇ ਵਿੱਚ ਰਾਹੁਲ ਗਾਂਧੀ ਨੇ ਇੱਕ ਹਲਫਨਾਮਾ ਦਿੱਤਾ ਜਿਦੇ ਚ ਫਿਰ ਕਿ ਹੈ ਕਿ ਮੈਂ ਕੋਈ ਮਾਫੀ ਨਹੀਂ ਮੰਗਣੀ ਮੈਂ ਕੋਈ ਗਲਤੀ ਨਹੀਂ ਕੀਤੀ ਬਿਨਾਂ ਗਲਤੀ ਕੀਤੇ ਮੈਂ ਮਾਫੀ ਕਿਵੇਂ ਮੰਗਲਾਂ ਤੇ ਨਾਲੇ ਉਹ ਕਹਿੰਦੇ ਜ਼ਬਰਦਸਤੀ ਜੋ ਮਾਫੀ ਮੰਗਣ ਲਈ ਮਜਬੂਰ ਕਰਨਾ ਇਹ ਵੀ ਤਾਂ ਅਪਰਾਧਕ ਪ੍ਰਕਿਰਿਆ ਇਹਤੇ ਵੀ ਆਪਾਂ ਜਿਹੜੇ ਆ ਗੱਲ ਕਰਨੀ ਹੈ ਅਗਲੇ ਹਿੱਸੇ ਦੇ ਵਿੱਚ ਤੇ ਇੱਕ ਖਬਰ ਹੋਰ ਲਵਾਗੇ ਮੌਸਮ ਦੀ ਖਬਰ ਅੱਜਕੱਲ ਆਪਾਂ ਘੱਟ ਲੈਨੇ ਆ ਪਰ ਲਵਾਗੇ ਚੰਡੀਗੜ੍ਹ ਤੇ ਸ਼ਿਮਲਾ ਰੋਡ ਬਿਲਕੁਲ ਬੰਦ ਹੋ ਗਈ ਕੋਈ ਦੂਰੋਂ ਨਹੀਂ ਪਰਵਾਹ ਨੂੰ ਤੋਂ ਜੇ ਅਪ ਧਰਮਪੁਰ ਨੂੰ ਜਾਣੇ ਆ ਜਾਬਲੀ ਟੱਪ ਦੇ ਉੱਥੇ ਚੱਕੀ ਚੌਕ ਦੇ ਨੇੜੇ ਪਹਾੜ ਖਿਸਕ ਗਿਆ ਜਿਹੜੀ ਆ ਸੜਕ ਬੰਦ ਹੋ ਗਈ ਸੈਂਕੜੇ ਟਰੱਕ ਜਿਹੜੇ ਨੇ ਉਹ ਫਸੇ ਹੋਏ ਨੇ ਇਹ ਖਬਰ ਲਵਾਂਗੇ ਕੁੰਨੋ ਨੈਸ਼ਨਲ ਪਾਰਕ ਜਿੱਥੇ ਮੋਦੀ ਸਾਹਿਬ ਖੋਦਾ ਸੀ ਚੀਤੇ ਛੜਨ ਜਿਹੜੇ ਨਬੀਬੀਆ ਤੋਂ ਲਿਆਂਦੇ ਸੀ ਤੇ ਦੱਖਣੀ ਅਫਰੀਕਾ ਚੋਂ 20 'ਚੋਂ 11 ਮਰ ਗਏ ਇਦਾ ਜ਼ਿਕਰ ਕਰਾਂਗੇ ਤੇ ਨਾਲੇ ਆਪਾਂ ਇਹ ਵੀ ਜ਼ਿਕਰ ਕਰਾਂਗੇ ਕਿ ਇਹ ਐਂ ਹੁੰਦਾ ਜਦੋਂ ਕਿਸੇ ਵਿਅਕਤੀ ਲਈ ਦਿਖਾਵਾ ਤੇ ਆਪਣਾ ਗੁਣगान ਸਭ ਤੋਂ ਉੱਪਰ ਹੁੰਦਾ ਹੋਰ ਬਹੁਤ ਵੱਡੀ ਗੱਲ ਕੀਤੀ ਹੈ ਕੀ ਕਿਹਾ ਜੈਰਾਮ ਰਮੇਸ਼ ਨੇ ਬਿਨਾ ਨਾਂ ਲੈ ਮੋਦੀ ਤੇ ਅਟੈਕ ਕੀਤਾ ਇਹ ਸਾਰੀਆਂ ਗੱਲਾਂ ਆਪਾਂ ਕਰਨੀਆਂ ਨੇ ਲੇਕਿਨ ਅਗਲੇ ਹਿੱਸੇ 'ਚ ਜਿਹੜਾ ਤੁਸੀਂ ਟੀਵੀ ਤੇ ਸੁਣੋਗੇ 10 ਵਜੇ ਤੇ YouTube ਤੇ Facebook ਤੇ ਹੁਣੇ ਜੁਟ ਸਕਦੇ ਹੋ ਤੁਸੀਂ ਦੇਖਿਆ ਹੋਵੇਗਾ ਇੱਕ ਕਾਫੀ ਪਪੂਲਰ ਸ਼ੋਅ ਹੈ ਸਮਾਲ ਸਕਰੀਨ ਤੇ ਬਿਗ ਬਾਸ ਅਸਲ ਦੇ ਵਿੱਚ ਜਿਹੜਾ ਬਿਗ ਬਾਸ ਹੈ ਇਹ ਇੱਕ ਅਮਰੀਕਾ ਦਾ ਟੀਵੀ ਸ਼ੋਅ ਹੈ ਬਿਗ ਬ੍ਰਦਰ ਉਹਦੇ ਆਧਾਰ ਤੇ ਇਹ ਸ਼ੋਅ ਇੰਡੀਆ ਦੇ ਵਿੱਚ ਚੱਲਦਾ ਹੈ ਇਹ ਜਿਹੜਾ ਬਿੱਗ ਬ੍ਰਦਰ ਹੈ ਇਹ 1997 ਚ ਸ਼ੁਰੂ ਹੋਇਆ ਸੀ ਇਹ ਇੱਕ ਨੋਵਲ ਸੀ 1984 ਉਹਦੇ ਇੱਕ ਪਾਤਰ ਦੇ ਤੋਂ ਪ੍ਰੇਰਿਤ ਹੋ ਕੇ ਇਹ ਸ਼ੋਅ ਸ਼ੁਰੂ ਹੋਇਆ ਸੀ ਤੇ ਹੁਣ ਇਹ ਸ਼ੋਅ ਜਿਹੜਾ ਹੈ ਅਮਰੀਕਾ ਦੇ ਵਿੱਚ ਜਿਹੜਾ ਬਿੱਗ ਬ੍ਰਦਰ ਹੈ ਉਹਦੇ ਵਿੱਚ ਪਹਿਲੀ ਵਾਰ ਇੱਕ ਸਿੱਖ ਡਰਾਈਵਰ ਇੱਕ ਸਿੱਖ ਡਰਾਈਵਰ ਜਿਹੜਾ ਹੈ ਉਹ ਉੱਥੇ ਸ਼ਾਮਲ ਹੋਇਆ ਜਾਂ ਉਹ ਸ਼ੋਅ ਦੇ ਵਿੱਚ ਜਾ ਰਿਹਾ ਹੈ ਖੁਸ਼ੀ ਦੀ ਗੱਲ ਉਹਦੇ ਲਈ ਵੀ ਤੇ ਸਾਰੀ ਸਿੱਖ ਬ੍ਰਾਦਰੀ ਲਈ ਜਗ ਬੈਂਸ ਲਾਉਂਦਾ ਇਹ ਜਿਹੜਾ ਹੈ ਡਰਾਈਵਰ ਹੈ ਜਿਹਨੇ ਬਿਗ ਬ੍ਰਦਰ ਦੇ ਹਾਊਸ ਦੇ ਵਿੱਚ ਜਾਣਾ ਹੈ 16 ਉੱਥੇ ਗੈਸਟ ਹੋਣਗੇ ਹੋਰ ਇਸ 16 ਦੇ ਵਿੱਚ ਇੱਕ ਇਹ ਸਿੱਖ ਡਰਾਈਵਰ ਵੀ ਸ਼ਾਮਲ ਹੈ ਔਰ ਅਮਾਉਂਟ ਬਹੁਤ ਵੱਡੀ ਹੈ ਪੈਸਾ ਬਾਬਾ ਮਿਲ ਲੈ ਜੀ ਨੇ ਜਿਤਨੇ 37 ਲੱਖ ਡਾਲਰ ਤੇ ਜੇ ਉਹਨੂੰ ਆਪਾਂ ਰੁਪਿਆਵਾਂ ਚ ਕਨਵਰਟ ਕਰਾਂਗੇ ਤਾਂ ਬਹੁਤ ਵੱਡੀ ਰਕਮ ਇਹ ਸ਼ੋ ਤੋਂ ਜਿੱਤੀ ਜਾਏਗੀ ਸੋ 빅 ਬ੍ਰਦਰ ਦੇ ਵਿੱਚ ਇੱਕ ਸਾਬਤ ਸਰੂਪ ਸਿੱਖ ਦਾ ਹੋਣਾ ਮੈਂ ਦੇਖ ਰਿਹਾ ਸੀ ਲੋਕ ਕਾਫੀ ਦਿਲਚਸਪੀ ਨਾਲ ਇਹ ਖਬਰ ਨੂੰ ਦੇਖ ਰਹੇ ਨੇ ਹੁਣ ਆਪਾਂ ਫੇਰ ਆ ਜੀਏ ਪੰਜਾਬ ਪਰ ਤੇ ਪੰਜਾਬ ਦੀ ਖਬਰ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਇਹ ਅਪਲਾਈ ਕੀਤਾ ਸੀ ਕਿ ਅਸੀਂ ਸੂਬੇ ਦੇ ਵਿੱਚ ਰਾਜ ਕਰ ਰਹੇ ਹਾਂ ਸਾਡੇ ਸੱਤ ਰਾਜ ਸਭਾ ਦੇ ਮੈਂਬਰ ਨੇ ਹੁਣ ਤਾਂ ਲੋਕ ਸਭਾ ਦਾ ਮੈਂਬਰ ਵੀ ਹੈ ਸਾਨੂੰ ਰਾਜस्तानी ਦੇ ਵਿੱਚ ਦਫਤਰ ਬਣਾਉਣ ਦੀ ਜ਼ਮੀਨ ਦਿਓ ਜਿਵੇਂ ਕੱਲ ਮਿਲ ਕੇ ਜਸਵੀਰ ਸਿੰਘ ਗੜੀ ਨੇ BSP ਲਈ ਮੰਗੀ ਸੀ ਤਾਂ ਚਲੋ BSP ਦਾ ਦਾਵਾ ਤਾਂ ਕੋਈ ਵੀ ਪਾਰਟੀ ਕਰ ਸਕਦੀ ਉਹ ਵੀ ਨੈਸ਼ਨਲ ਪਾਰਟੀ ਹੈ ਤੇ ਆਮ ਆਦਮੀ ਪਾਰਟੀ ਵੀ ਨੈਸ਼ਨਲ ਪਾਰਟੀ ਹੈ ਦਾਵਾ ਇਹਦਾ ਵੀ ਇਹ ਹੈ ਲੇਕਨ ਹਾਲ ਦੀ ਘੜੀ ਜ਼ਮੀਨ ਤਾਂ ਦੇਣੀ ਹੈ ਐਡਮਿਨਿਸਟਰेटर ਨੇ ਤੇ ਐਡਮਿਨਿਸਟਰेटर ਨੇ ਬਨਵਾਰੀ لال ਪ੍ਰਹੋਤ ਤੇ ਜਿਨ੍ਹਾਂ ਦਾ ਜਿਹਨੂੰ ਕਹਿੰਦੇ ਨੇ ਆਂਕੜਾ 36 ਦਾ ਆਂਕੜਾ ਹੈ ਮਾਨ ਸਾਹਿਬ ਦੇ ਨਾਲ ਉਹ ਕਿਸ ਤਰੀਕੇ ਨਾਲ ਦੇ ਦੇਣਗੇ ਸਮਝ ਨਹੀਂ ਆਉਂਦੀ ਸ਼ਾਇਦ ਇਸੇ ਕਰਕੇ ਜਵਾਬ ਵੀ ਮਿਲ ਗਿਆ ਇੱਕ ਖਬਰ ਹੋਰ ਲੈ ਲਈਏ ਉਹ ਵੀ ਚੰਡੀਗੜ੍ਹ ਤੋਂ ਪੰਜਾਬ ਵਿਧਾਨ ਸਭਾ ਦਾ ਪੰਜਾਬ ਵਿਧਾਨ ਸਭਾ ਦੀ ਜਿਹੜੇ ਐਮ ਐਲ ਇਸ ਨੇ ਉਹਨਾਂ ਦੀ ਟ੍ਰੇਨਿੰਗ ਹੋਣੀ ਹੈ ਤੇ ਹੁਣ ਤਾਂ ਟ੍ਰੇਨਿੰਗ ਬਹੁਤ ਜ਼ਰੂਰੀ ਹੈ ਕਿਉਂਕਿ ਰਿਕ ਜਿੱਥੇ ਉਹ ਬੈਠਣਗੇ ਉੱਥੇ ਟੱਚ ਸਕਰੀਨ ਲੈਪਟਾਪ ਹੋਣਗੇ ਤੇ ਉਹਨਾਂ ਨੂੰ ਟ੍ਰੇਨ ਕਰਨਾ ਬਹੁਤ ਜ਼ਰੂਰੀ ਹੈ ਤੇ ਫਿਰ ਉਹਦੇ ਲਈ ਇੱਕ ਵਰਕਸ਼ਾਪ ਲਾ ਰਹੇ ਨੇ 10 ਤੇ 11 ਅਗਸਤ ਨੂੰ ਕੁਲਤਾਰ ਸਿੰਘ ਸਿੱਧਵਾਂ ਸਪੀਕਰ ਸਾਹਿਬ ਇਸ ਕਿਸਮ ਦੀ ਜਿਹੜੀ ਗੱਲ ਕਰ ਰਹੇ ਨੇ ਚੰਗੀ ਗੱਲ ਹੈ ਪੇਪਰਲੈਸ ਹੋਣੀ ਚਾਹੀਦੀ ਹੈ ਕਹਿ ਵੀ ਰਹੇ ਨੇ ਕਿ ਪੇਪਰਲੈਸ ਹੋਏਗੀ ਤੇ ਉਹਦੇ ਲਈ ਕੁਝ ਕਦਮ ਵੀ ਚੱਕੇ ਜਾ ਰਹੇ ਨੇ ਮੈਂ ਤੁਹਾਨੂੰ ਦੱਸਿਆ ਸੀ ਕਿ ਸੁਪਰੀਮ ਕੋਰਟ ਆ ਜੋ ਬਹੁਤ ਖਬਰਾਂ ਬਣਾਈਆਂ ਚਾਹੇ ਉਹ ਮਨੀਪੁਰ ਦਾ ਚਾਹੇ ਉਹ ਨੋ ਦਾ ਮਸਲਾ ਤੇ ਭਾਵੇਂ ਉਹ ਜਿਹੜਾ ਹੈ ਹੁਣ ਸੰਵਿਧਾਨਕ ਬੈਂਚ ਨੇ ਹੋਰ ਜਿਹੜੀ ਧਾਰਾ 370 ਦੀ ਗੱਲ ਉਹ ਸੁਣਵਾਈ ਸ਼ੁਰੂ ਕੀਤੀ ਹੈ ਮਸਲਾ ਇਹ ਵੀ ਬਹੁਤ ਵੱਡਾ ਹੈ ਇਹ ਜਿਹੜਾ ਸੰਵਿਧਾਨਕ ਬੈਂਚ ਹੈ ਪੰਜ ਸੰਵਿਧਾਨਕ ਬੈਂਚ ਹੁੰਦਾ ਜਿਹਦੇ ਪੰਜ ਮੈਂਬਰ ਸੁਣਦੇ ਨੇ ਪੂਰਾ ਬੈਂਚ ਹੁੰਦਾ ਇਹਦੀ ਅਗਵਾਈ ਕਰ ਰਹੇ ਨੇ ਚੀਫ ਜਸਟਿਸ ਡੀワイ ਚੰਦਰ ਚੋੜ ਔਰ ਪਟੀਸ਼ਨਰ ਵੱਲੋਂ ਜਾਨੀ ਜਿਹੜੇ ਉਮਰ ਅਬਦੁੱਲਾ ਜਾਂ ਮੁਫਤੀ ਮਹਿਬੂਬਾ ਮੁਫਤੀ ਜਾਂ یوں ਕਹ ਲਈਏ ਕਸ਼ਮੀਰੀਆਂ ਵੱਲੋਂ ਪੇਸ਼ ਹੋ ਰਹੇ ਨੇ ਬਹੁਤ ਸੀਨੀਅਰ ਵਕੀਲ ਕਪਲ ਸਪਲ ਸਾਹ ਤੇ ਦੂਜੇ ਪਾਸੇ ਜਿਹੜਾ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਇਨਸਾਫ ਮਿਲੇਗਾ ਕਿਉਂਕਿ ਡੀਵਾਈ ਚੰਦਰ ਚੁੱਟ ਦਾ ਹਾਦੀ ਘੜੀ ਲੋਕਾਂ ਦੇ ਵਿੱਚ ਇਸ ਕਿਸਮ ਦਾ ਮਹਿਜਾ ਕਿ ਇਹ ਸਹੀ ਨਿਰਣੇ ਲੈਂਦੇ ਨੇ ਖੈਰ ਕਪਲ ਸਿੰਪਲਸ ਆਫ ਦੀ ਮੈਂ ਸੁਣ ਰਿਹਾ ਸੀ ਦਲੀਲ ਉਹ ਕਹਿੰਦੇ ਮੋਦੀ ਸਰਕਾਰ ਨੇ ਇਹ ਜਿਹੜੀ ਰੱਦ ਕੀਤੀ ਸੀ ਨਾ ਧਾਰਾ 370 ਇੱਕ ਸਿਆਸੀ ਕਾਰਵਾਈ ਸੀ ਅਸਲ ਦੇ ਵਿੱਚ ਤੁਹਾਨੂੰ ਯਾਦ ਕਰਾਵਾਂ ਇਹ 5 ਅਗਸਤ 2019 ਦੀ ਗੱਲ ਹੈ ਜਦੋਂ ਉਹ ਧਾਰਾ ਸੰਵਿਧਾਨ ਦੀ ਰੱਦ ਕਰ ਦਿੱਤੀ ਗਈ ਜਿਹੜੀ ਸਪੈਸ਼ਲ ਸਟੇਟਸ ਦਿੰਦੀ ਸੀ ਜੰਮੂ ਕਸ਼ਮੀਰ ਨੂੰ ਉਸ ਨੂੰ ਜਿਹੜਾ ਹੈ ਰੱਦ ਕਰ ਦਿੱਤਾ ਸੀ ਇਹਦਾ ਵਿਰੋਧ ਹੋ ਰਿਹਾ ਹੋਇਆ ਵੀ ਹੈ ਕੇਸ ਹੁਣ ਸੁਪਰੀਮ ਕੋਰਟ ਚ ਹੈ ਸਰਕਾਰ ਦਾ ਇਹ ਕਹਿਣਾ ਹੈ ਕਿ ਸੰਵਿਧਾਨ ਚ ਜਿਹੜੀ ਵਿਵਸਥਾ ਸੀ ਉਹ ਆਰਜੀ ਸੀ ਜਦੋਂ ਦੇਸ਼ ਯਾਦ ਹੋਇਆ ਉਦੋਂ ਆਰਜੀ ਤੌਰ ਤੇ ਇੱਕ ਸਪੈਸ਼ਲ ਸਟੇਟਸ ਦਿੱਤਾ ਗਿਆ ਸੀ ਇਹਦਾ ਮਤਲਬ ਇਹ ਨਹੀਂ ਕਿ ਇਹ ਪੱਕੇ ਤੌਰ ਤੇ ਇਹ ਸਪੈਸ਼ਲ ਸਟੇਟਸ ਧਾਰਾ 370 ਵਾਲਾ ਜੰਮੂ ਕਸ਼ਮੀਰ ਨੂੰ ਮਿਲੇ ਕੁਝ ਵੀ ਹੈ ਉਮਰ ਅਬਦੁੱਲਾਹ ਸਾਹਿਬ ਔਰ ਮਹਿਬੂਬਾ ਮੁਫਤੀ ਦੋਨਾਂ ਦੀ ਮੈਂ ਸਟੇਟਮੈਂਟ ਦੇਖ ਰਿਹਾ ਸੀ ਦੋਨੇ ਕਹਿ ਰਹੇ ਨੇ ਕਿ ਸਾਨੂੰ ਬਹੁਤ ਆਸ ਹੈ ਪੂਰਨ ਆਸ ਹੈ ਕਿ ਇਹ ਸਾਨੂੰ ਹੁਣ ਇਨਸਾਫ ਮਿਲੇਗਾ ਇਨਸਾਫ ਦੀ ਆਸ ਰਾਹੁਲ ਗਾਂਧੀ ਨੂੰ ਵੀ ਹੈ ਰਾਹੁਲ ਗਾਂਧੀ ਜਿਹੜੇ ਜਿਨ੍ਹਾਂ ਦੇ ਮਾਮਲੇ 'ਚ ਕਿਤੇ ਨਾ ਕਿਤੇ ਕਦੇ ਨਾ ਕਦੇ ਇਹ ਜ਼ਰੂਰ ਸੋਚ ਰਹੇ ਹੋਗੇ ਤੁਸੀਂ ਵੀ ਕਿ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਹੈ ਲੋਕ ਸਭਾ ਤੋਂ ਉਹਨਾਂ ਨੂੰ ਖਾਰਜ ਕਰ ਦੇ ਤੱਕ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਉਹਨਾਂ ਦਾ ਬੰਗਲਾ ਖਾਲੀ ਕਰਾ ਲਿਆ ਗਿਆ ਗੱਲ ਤਾਂ ਉਹਨਾਂ ਨੇ ਇੰਨੀ ਕੀ ਕਹੀ ਸੀ ਕਿ ਇਹ ਚੋਰ ਜਿਹੜੇ ਨੇ ਇਹ ਸਾਰੇ ਮੋਦੀ ਚੋਰ ਕੀ ਹੁੰਦੇ ਨੇ ਤੇ ਉਹਦੇ ਵਿੱਚ ਪ੍ਰਧਾਨ ਮੰਤਰੀ ਦਾ ਨਾਮ ਵੀ ਆ ਗਿਆ ਲੇਕਿਨ ਮੈਕਸਿਮਮ ਸਜ਼ਾ ਭਾਸ਼ਣ ਦੇ ਵਿੱਚ ਕਿ ਨੀਮ ਮर्यादा ਤੋਂ ਹਟ ਕੇ ਗੱਲਾਂ ਕਰਦੇ ਨੇ ਸਾਰੇ ਲੋਕ ਲੇਕਿਨ ਇਸ ਤੇ ਜਿਸ ਤਰੀਕੇ ਨਾਲ ਸੂਰਤ ਕੋਰਟ ਨੇ ਨਾਮ ਦੀ ਨਾਅਰ ਫੈਸਲਾ ਦੇ ਕੇ ਮੈਕਸਿਮ ਸਜ਼ਾ 2 ਸਾਲ ਦੀ ਦਿੱਤੀ 2 ਸਾਲ ਦੀ ਸਜ਼ਾ ਦਾ ਮਤਲਬ ਕਿ ਇਹਨਾਂ ਦੀ ਮੈਂਬਰਸ਼ਿਪ ਚੱਲੀ ਗਈ ਤੇ ਨਾਲੇ ਜਿਹੜਾ ਹੈ ਜੇ ਮੈਂਬਰਸ਼ਿਪ ਤੇ ਜਾਣ ਦੇ ਨਾਲ ਹੀ ਉਹਨਾਂ ਦਾ ਬੰਗਲਾ ਵੀ ਖਾਲੀ ਕਰਾ ਲਿਆ ਤੇ ਉਦੋਂ ਹੀ ਕਿਹਾ ਗਿਆ ਸੀ ਕਿ ਤੁਸੀਂ ਮਾਫੀ ਮੰਗ ਲਓ ਹਾਈ ਕੋਰਟ ਨੇ ਕੋਈ ਰਾਹਤ ਨਹੀਂ ਦਿੱਤੀ ਹੁਣ ਕੇਸ ਹੈਗਾ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਰਾਹੁਲ ਗਾਂਧੀ ਨੇ ਇੱਕ ਹਲਫਨਾਮਾ ਦਿੱਤਾ ਉਹ ਕਹਿੰਦੇ ਕਿ ਮੈਂ ਕੋਈ ਬਾਫੀ ਨਹੀਂ ਮੰਗਣੀ ਇਹ ਗੱਲ ਉਹਨਾਂ ਨੇ ਹਰਫਨਾ ਵਿੱਚ ਕਹੀ ਹੈ ਤੇ ਨਾਲ ਇਹ ਕਿਹਾ ਕਿ ਕਿਸੇ ਨੂੰ ਮਾਫੀ ਮੰਗਣ ਲਈ ਮਜਬੂਰ ਕਰਨਾ ਇਹ ਵੀ ਅਪਰਾਧਿਕ ਪ੍ਰਕਿਰਿਆ ਹੈ ਤੇ ਇੱਕ ਗੱਲ ਕਹਿੰਦੇ ਕਿ ਮੈਂ ਕੋਈ ਐਸਾ ਅਪਰਾਧ ਨਹੀਂ ਕੀਤਾ ਜਿਹਦੇ ਲਈ ਮੈਂ ਮਾਫੀ ਮੰਗਾ ਵੀ ਬੜਾ ਅੜਿਆ ਰਾਹੁਲ ਗਾਂਧੀ ਇਸ ਮਾਮਲੇ ਦੇ ਵਿੱਚ ਹਾਲਾਂਕਿ ਉਹਨੂੰ ਪਤਾ ਵੀ ਜੇ ਇਸ ਤਰ੍ਹਾਂ ਦੀ ਗੱਲ ਹੋ ਗਈ 2 ਸਾਲ ਦੀ ਕੈਦ ਵੀ ਕੱਟਣੀ ਪਊ ਇਹ ਤਾਂ ਫਰਕ ਹੈ ਫਿਰ ਕੇਜਰੀਵਾਲ ਨੇ ਤਾਂ ਬਿਕਰਮਜੀਤ ਗਿਆ ਤੋਂ ਨਾਦ ਦੇ ਨਾਲ ਮਾਫੀ ਮੰਗ ਲਈ ਪਤਾ ਨਹੀਂ ਕੀ ਤੇ ਕੀ ਤੋਂ ਮੰਗਿਆ ਬਿਕਰਮਜੀਤ ਗਿਆ ਤਾਂ ਤਾਂ ਬੰਗੀ ਆ ਸਭ ਨੂੰ ਪਤਾ ਹੈ ਤੇ ਬਾਕੀ ਰਾਹੁਲ ਗਾਂਧੀ ਨੂੰ ਥੋੜੀ ਜਿਹੀ ਰਾਹਤ ਬੰਬੇ ਹਾਈ ਕੋਰਟ ਨੇ ਵੀ ਦਿੱਤੀ ਹੈ ਇੱਕ ਪੇਸ਼ੀ ਜਿਹੜੀ ਆ ਉਹਦੇ ਚ ਕਹਿੰਦੇ ਚੱਲ ਤੂੰ ਨਾ ਪੇਸ਼ ਹੋ ਤੇ ਰਬਗੀਲੀ ਪੇਸ਼ ਹੋ ਜਾ ਕਰੂੰਗਾ ਇਸ ਕਿਸਮ ਦੀ ਦੀ ਗੱਲ ਹੋਈ ਹੈ ਅਗਲੀ ਖਬਰ ਮੈਂ ਤੁਹਾਨੂੰ ਦੱਸੀ ਸੀ ਕਿ ਸ਼ਿਮਲਾ ਤੇ ਚੰਡੀਗੜ੍ਹ ਬੜਾ ਬਿਜ਼ੀ ਰੋਡ ਆ ਲੇਕਿਨ ਉਹ ਜਾਣਾ ਤਾਂ ਫਿਰ ਉਹੀ ਰੋਡ ਤੇ ਜੇ ਕੌਮੀ ਮਾਰਗ ਦੀ ਗੱਲ ਕਰੀਏ ਤਾਂ ਉਹ ਹੀ ਹੈ ਤੁਸੀਂ ਮਦਰ ਜਦੋਂ ਜੀਰਖਪੁਰ ਤੋਂ ਅੱਗੇ ਜਾਂਦੇ ਹੋ ਤੇ ਪਰਵਾਣੂ ਪਹੁੰਚਦੇ ਹੋ ਪਰਵਾਣੂ ਤੋਂ ਬਾਅਦ ਜਾਬਲੀ ਜਾਬਲੀ ਤੋਂ ਬਾਅਦ ਧਰਮਪੁਰ ਲੇਕਿਨ ਰਸਤੇ 'ਚ ਪੱਥਰ ਤਾਂ ਪਹਿਲਾਂ ਆ ਦੋ ਕੁ ਮਹੀਨੇ ਪਹਿਲਾਂ ਮੈਂ ਦੋ ਕੁ ਵਾਰੀ ਜਾ ਕੇ ਆਇਆ ਤੇ ਪੱਥਰ ਤਾਂ ਪਹਿਲਾਂ ਵੀ ਖਿਸਕਦੇ ਸੀ ਹੁਣ ਤਾਂ ਪਹਾੜ ਹੀ ਡਿੱਗ ਪਿਆ ਮਤਲਬ ਪਹਾੜਾ ਇਹ ਜਿਆ ਡਿੱਗਾ ਕਿ ਰਸਤਾ ਹੀ ਬੰਦ ਹੋ ਗਿਆ ਰਸਤੇ ਬੰਦ ਹੋਣ ਦੇ ਨਾਲ ਤਕਰੀਬਨ 50 ਮੀਟਰ ਸੜਕ ਬਿਲਕੁਲ ਹੀ ਉਹ ਪੱਥਰ ਨਾਲ ਭਰ ਗਈ ਤੇ ਕੋਈ ਨਹੀਂ ਆ ਸਕਦਾ ਢਿੱਗਾ ਡਿੱਗ ਪਈਆਂ ਟਰੱਕਾਂ ਖੜੇ ਰੈਪਲ ਦੇ ਸੇਬਾਂ ਦੇ 100 ਟਰੱਕ ਫਸੇ ਹੋਏ ਨੇ ਬਸਾਂ ਫਸੀ ਹੋਈਆਂ ਨੇ ਬਹੁਤ ਬੁਰੀ ਤਰੀਕੇ ਨਾਲ ਇਹ ਕੀ ਮੌਸਮ ਨੇ ਮਾਰ ਕੀਤੀ ਹੈ ਸਾਰੇ ਉੱਤਰੀ ਭਾਰਤ ਤੇ ਤੇ ਇੱਥੇ ਵੀ ਤੇ ਮੌਸਮ ਦੀ ਮਾਰ ਤਾਂ ਉਹਨਾਂ ਤੇ ਵੀ ਹੋਈ ਹੈ ਜਿਨ੍ਹਾਂ ਨੂੰ ਮੋਤੀ ਸਾਹਿਬ ਆਪ ਛੱਡਣਗੇ ਸੀ ਮੱਧ ਪ੍ਰਦੇਸ਼ ਦੀ ਕੂਨੋ نیشنل ਪਾਰਕ ਦੇ ਵਿੱਚ ਜਿਹੜੇ ਚੀਤੇ ਲਿਆਂਦੇ ਸੀ ਦਾ ਬੀਬੀਆਂ ਤੋਂ ਦੱਖਣੀ ਅਫਰੀਕਾ ਤੋਂ 20 ਚੀਤੇ ਲਿਆਂਦੇ ਸੀ ਉਹਨਾਂ ਚੋਂ ਜਿਹੜੇ ਹੈ 9 ਮਰ ਚੁੱਕੇ ਨੇ 11 ਹੀ ਬਚੇ ਨੇ ਜਿਉਂਦੇ ਤੇ ਹਾਲਾਂਕਿ ਬੜੀ ਸੇਵਾ ਹੋ ਰਹੀ ਹੈ ਪਰ ਨਹੀਂ ਬਚ ਰਹੇ ਔਰ ਕਹ ਕਿਹਾ ਜਾਂਦਾ ਹੈ ਕਿ ਜੀ ਮੀ ਬਹੁਤ ਪੈ ਗਈ ਗਰਮੀ ਬਹੁਤ ਪੈ ਗਈ ਨਮੀ ਬਹੁਤ ਹੋ ਗਈ ਜਾ ਉਹਨਾਂ ਦੇ ਜਿਹੜੇ ਗਰਦਨ ਦੇ ਦਵਾਲੇ ਪਟਾਇਆ ਪਾਇਆ ਇਲੈਕਟ੍ਰੋਨਿਕ ਹੁੰਦਾ ਹੈ ਉਹਦੇ ਕਾਰਨ ਜੋ ਮਰਜੀ ਕਾਰਨ ਹੋਵੇ ਲੇਕਿਨ ਇਹਦੀ ਸਿਆਸੀ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਉਹਦੇ ਚੋਂ ਜੈ RAM ਰਮੇਸ਼ ਬਲਾਰੇ ਨੇ ਕਾਂਗਰਸ ਦੇ ਉਹ ਇਹ ਕਹਿੰਦੇ ਨੇ ਜਦੋਂ ਤੁਸੀਂ ਵਿਗਿਆਨ ਤੋਂ ਮੂੰਹ ਮੋੜੋਗੇ ਇਹ ਕੁਦਰਤੀ ਮੌਤ ਤਾਂ ਹੈ ਨਹੀਂ ਉਹ ਕਹਿੰਦੇ ਅਜਿਹਾ ਉਦੋਂ ਹੁੰਦਾ ਜਦੋਂ ਸਾਇੰਸਟਿਸਟ ਸੱਚਾਈ ਤੋਂ ਮੂੰਹ ਮੋੜ ਲਈਦਾ ਜਾ ਉਹਦਾ ਹੁੰਦਾ ਜਦੋਂ ਕਿਸੇ ਵਿਅਕਤੀ ਲਈ ਦਿਖਾਵਾ ਤੇ ਆਪਣਾ ਗੁਣਗਾਨ ਸਭ ਤੋਂ ਉੱਪਰ ਹੁੰਦਾ ਏ ਇੱਕ ਹੈ ਜੈ RAMਰ ਬੇਸ਼ ਨੇ ਮਤਲਬ ਤੁਹਾਡੇ ਗੇਟ ਚ ਆਈ ਗਿਆ ਹੋਊਗਾ ਕਿ ਮੋਦੀ ਸਾਹਿਬ ਨੇ ਆਪਣਾ ਗੁਣਗਾਨ ਕਰਨਾ ਸੀ ਆਪ ਆਏ ਸੀ ਛੱਡਣ ਆਪ ਲੈ ਕੇ ਆਏ ਸੀ ਨਬੀਬੀਆ ਤੋਂ ਉਹ ਹੁਣ ਮਰ ਰਹੇ ਨੇ ਕਿਉਂਕਿ ਇੱਥੋਂ ਦਾ ਪਾਉਣ ਪਾਣੀ ਉਹਨਾਂ ਦੇ ਬਤਾਵਕ ਨਹੀਂ ਇਹ ਕਹਿੰਦੀ ਕੋਸ਼ਿਸ਼ ਜਿਹੜੀ ਐ ਉਹ ਕੀਤੀ ਐ ਜੈ ਰਾਮ ਰਮੇਸ਼ ਨੇ ਦੇਖੋ ਪੰਜਾਬ ਦੀਆਂ ਜਿਹੜੀਆਂ ਜੇਲਾਂ ਨੇ ਇਹਨਾਂ ਦੇ ਵਿੱਚ ਇੱਕ ਵਾਰ ਨਹੀਂ ਬਹੁਤ ਵਾਰ ਆਪਾਂ ਦੇਖਿਆ ਹੈ ਕਿ ਉਥੋਂ ਬੜਾ ਕੁਝ ਚੱਲਦਾ ਹੈ ਮੋਬਾਈਲ ਤਾਂ ਆਮ ਤੇ ਮੋਬਾਈਲ ਨਸ਼ੇ ਉਹਦੇ ਕਿਸ ਤਰ੍ਹਾਂ ਵਪਾਰ ਹੁੰਦਾ ਜੇਲ੍ਹ ਦੀ ਆਪਣੀ ਦੁਨੀਆ ਹੁੰਦੀ ਹੈ ਜੇਲ੍ਹ ਦੀ ਦੁਨੀਆ ਦੇ ਵਿੱਚ ਬਹੁਤ ਕੁਝ ਉਸ ਤਰ੍ਹਾਂ ਹੀ ਹੁੰਦਾ ਹੈ ਕਿ ਉੱਥੇ ਵੀ ਉਹਵੇਂ ਗਰੁੱਪ ਬਣਦੇ ਨੇ ਉੱਥੇ ਹੀ ਮਤਲਬ ਅਲੱਗ-ਅਲੱਗ ਜੇ ਬਾਹਰ ਗੈਂਗਸਟਰ ਨੇ ਜੇਲ੍ਹ 'ਚ ਵੀ ਗੈਂਗਸਟਰਾਂ ਦਾ ਉਸੇ ਤਰੀਕੇ ਨਾਲ ਤੇ ਫਿਰ ਇਹ ਦੇਖਿਆ ਜਾਂਦਾ ਕਿਹੜਾ ਬੰਦਾ ਕਿਸ ਕੇਸ 'ਚ ਆਇਆ ਤੇ ਜੇ ਕੋਈ ਗਲਤ ਕੇਸ 'ਚ ਆਇਆ ਹੁੰਦਾ ਕੋਈ ਰੇਪਗਾਰਾ 'ਚ ਉੱਥੇ ਵੀ ਉਹਦਾ ਬੁਰਾ ਹਾਲ ਹੁੰਦਾ ਖੈਰ ਜੇਲ੍ਹ ਦੇ ਵਿੱਚ ਮੋਬਾਈਲ ਮਿਲਣਾ ਆਮ ਗੱਲ ਹੈ ਤੇ ਹਰ ਮਹੀਨੇ ਜਾਂ ਮਹੀਨੇ 'ਚ ਇੱਕ ਦੋ ਵਾਰ ਸਰਚ ਹੁੰਦੀ ਹੈ ਉਦੋਂ ਮੋਬਾਈਲ ਮਿਲਦੇ ਨੇ ਹੁਣ ਪੰਜਾਬ ਦੀਆਂ 26 ਜ਼ਿਲ੍ਹਿਆਂ 'ਚ ਇੱਕ ਦਿਨ ਇਕੱਠੇ ਜਿਹੜਾ ਹੈ ਆਪਰੇਸ਼ਨ ਕੀਤਾ ਗਿਆ ਆਪਰੇਸ਼ਨ ਸਤਰਕ 21 ਮੋਬਾਈਲ ਮਿਲੇ ਤਕਰੀਬਨ 850 ਗ੍ਰਾਮ ਜਿਹੜੀ ਹੈ ਅਫੀਮ ਬਰਾਮਦ ਕੀਤੀ ਗਈ ਜੋ ਦੱਸਿਆ ਗਿਆ ਇਹ ਗੱਲ ਹੈ ਖੈਰ ਆਪਾਂ ਅੱਗੇ ਵਧੀਏ ਅਗਲੀਆਂ ਖਬਰਾਂ ਦੇ ਵਿੱਚ ਸਾਡੇ ਕੋਲ ਜਿਹੜੀ ਖਬਰ ਆਉਂਦੀ ਹੈ ਉਹ ਹੈ ਕਿ ਦੇਖੋ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਇੱਥੇ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਹਾਈ ਕੋਰਟ ਕਾਫੀਏ ਤੇ ਸਖਤ ਹੋਇਆ ਹੁਣ ਗੱਲ ਇਹ ਹੈ ਕਿ ਹਾਈ ਕੋਰਟ ਇਹ ਕਹਿੰਦਾ ਕਿ ਤੁਸੀਂ ਥੋੜੇ ਜੇ ਲੋਕ ਨੇ ਕਿਉਂ ਨਹੀਂ ਤੁਸੀਂ ਉਠਾਉਂਦੇ ਤੁਹਾਨੂੰ ਯਾਦ ਹੈ ਨਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਗਤਾਰ ਸਿੰਘ ਹਵਾਰਾ ਦੇ ਧਰਮ ਪਿਤਾ ਬਾਪੂ ਗੁਰਚਰਨ ਸਿੰਘ ਉਦੇਗ ਵਾਈ ਦੇ ਵਿੱਚ 22पीएस ਚੌਕ ਮੁਹਾਲੀ ਤੇ ਇੱਕ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਇਹ ਬਕਰੀ ਗੱਲ ਹੈ ਕਿ ਉਹਨਾਂ ਰਿਸਪਾਂਸ ਨਹੀਂ ਮਿਲਿਆ ਲੇਕਿਨ ਉਹਦਾ ਵਿਰੋਧ ਹੁੰਦਾ ਹੈ ਉਹਦੇ ਤੇ ਹਾਈ ਕੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਤੁਸੀਂ ਇੰਨੇ ਕ ਬੰਦੇ ਨੇ ਇਹਨਾਂ ਨੂੰ ਕਿਉਂ ਨਹੀਂ ਹਟਾ ਸਕੇ ਤੇ ਹੁਣ ਜਿਹੜੇ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਸਾਨੂੰ ਥੋੜਾ ਜਿਹਾ ਟਾਈਮ ਦਿਓ ਅਸੀਂ ਉਹਨਾਂ ਨਾਲ ਸਾਡੀ ਗੱਲਬਾਤ ਚੱਲਦੀ ਹੈ ਤੱਕਾ ਕਰਨ ਦੀ ਬਜਾਏ ਅਸੀਂ ਗੱਲਬਾਤ ਚ ਉਹਨਾਂ ਨੂੰ ਮਨਾਇਆ ਕਿ ਇਹ ਅਸੀਂ ਅਠਾਦਾਂਗੇ ਸਾਨੂੰ ਥੋੜਾ ਜਿਹਾ ਟਾਈਮ ਦਿਓ ਇਹ ਗੱਲ ਜਿਹੜੀ ਹੈ ਹੋਈ ਹੈ ਸੋ ਪਿਆਰੇ ਦਰਸ਼ਕੋ ਖਬਰਾਂ ਦਾ ਸਿਲਸਲਾ ਜਿਹੜਾ ਹੈ ਸਮਾਪਤ ਕਰਨਾ ਪੈਣਾ ਹੈ ਖਬਰਾਂ ਤਾਂ ਹੋਰ ਵੀ ਸੀ ਤੇ ਹਲੇ ਵੀ ਚਾਹੇ ਮਾਨ ਸਰਕਾਰ ਕਹੀ ਜਾਂਦੀ ਹੈ ਕਿ ਜੀ ਅਸੀਂ ਕਰਾਪਸ਼ਨ ਖਤਮ ਕਰ ਲਈ कल मैं एक खबर देख रहा थी कि बिजनेस ने 20000 रुपया ले रहा थी कि एएसआई हरदीप सिंह उणू फड़ लिया और कहंदे जी 50000 च सौदा होया सी 20000 ਲੈਣ ਦੇ ਨੂੰ ਫੜਿਆ ਗਿਆ ਸੋ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਖਬਰਾਂ ਨੇ ਤੁਹਾਨੂੰ ਸਿਰਫ ਇਸ਼ਾਰਾ ਹੀ ਦੇਣਾ ਸੀ ਵੀ ਇਹੋ ਜਿਹਾ ਕੁਛ ਹਾਲੇ ਵੀ ਚੱਲੀ ਜਾਂਦਾ ਜੋ ਮਰਜੀ ਦਾ ਵੀ ਕਰੀ ਜਾਂ ਸਰਕਾਰ ਖੈਰ ਖਬਰਾਂ ਦਾ سلسلہ ਸਮਾਪਤ ਕਰਨਾ ਪੈਣਾ ਵਕਤ ਹੋ ਗਿਆ ਕੱਲ ਮਿਲਦੇ 8:40 ਖਬਰ ਤੇ ਨਜ਼ਰ ਸਜਿੰਦਰਪਾਟੇ ਦੇ ਸ਼ੋਅ 'ਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਖਬਰ ਤੇ ਨਜ਼ਰ ਹਾ ਹਾ